जस कलबा दे सारे दर्शकों का बहुत बहुत स्वागत है। सारे अरविंद कौर की प्यार भरी सत श्री अकाल। आज खास एक एपीसोड थोड़े वास्ते लैके आए हैं, सो आई एम श्योर तुसी रेडी हो। थानू मैं कल भी दस्या सी, बट लेट्स टुगेदर वेलकम मनप्रीत कौर टाइगर। थैंक यू सो मच फॉर कमिंग टू आर शो मनप्रीत। सारे बहुत बहुत सत श्री अकाल, थैंक यू फॉर हैविंग मी। जी बच्चे, क्योंकि मैं अपनी ऑडियंस नूं पहले भी दस्या, अपने व्यूअर्स नूं ये कल भी मैं शेयर किया सी कि कोई भी यू नो इंस्पिरेशनल फिगर जिहड़े सारे कोल मुलाकात होए मेरे नाल, तो हो नहीं सकता कि मैं अपने परिवार नाल उहनां नूं ना मिलावां। सो हेयर यू आर सिटिंग इन माई लिविंग रूम। सो सारे थानूं देख रहे ने, सुन रहे ने, एंड कल थोड़ा जिहा जिक्र होया सी, एक कुड़ी ने बड़ी यंग एज दे विच बुक लिखी है। बुक दे राही है साढ़े कोल पहुंची है, पर बहुत सारियां गल्लां हैं जिहड़ियां इहदे नाल करन वाली हैं, क्योंकि कल रिमैंबर असी गल कर रहे सी स्कार्स दी, एंड स्कार्स इन अ वे के कोई भी असी हर्ट हुंदे आ ते उस तो बाद असी उस दौड़ दे विच उहनूं छुपाण दी खातिर, या कह लो बिल्कुल अनइंटेंशनली पता ही नहीं, इग्नोर करके डिनायल दे विच भज्जी जा रहे हैं। सो इहने बुक लिखी है, उहदे बारे होर भी गल्लां करांगे। मनप्रीत, इस तो पहले कि असी होर यू नो थोड़ी बुक बारे गल करिए, लेट मी नो कि तुहानूं लगता है कि तुहानूं बचपन तो पता सी तुसी बुक लिखनी है? एक्चुअली नो, कभी नहीं सोचा ही कि बुक लिखांगी, कभी नहीं सोचा ही राइटर बनांगी जां फिर इस फील्ड में आवांगी। बचपन में एक्चुअली मेरा जन्म पंजाब में होया, सो बचपन में बस स्कूल जाइदा सी, मस्ती करी दी ही, रोटी खाई दी सी, एंड ਕਦੇ ਕੋ ਡਾਂਟ ਵੀ ਖਾਈ ਦੀ ਸੀ ਥੋੜ੍ਹੀ ਜਿਹੀ। ਐਂਡ 12 ਸਾਲ ਦੀ ਉਮਰ ਇੱਥੇ ਮੈਂ ਆਈ ਨਿਊਯਾਰਕ ਵਿੱਚ, ਐਂਡ ਉਸ ਤੋਂ ਬਾਅਦ ਜਿਵੇਂ ਨਿਊਯਾਰਕ ਵਿੱਚ ਤੁਸੀਂ ਆਉਂਦੇ ਹੋ ਸਾਰੇ ਲੋਕ ਭੱਜ ਰਹੇ ਨੇ, ਸੋ ਮੈਂ ਸੋਚਿਆ ਮੈਂ ਵੀ ਭੱਜਾਂ, ਕੁਛ ਅਚੀਵ ਕਰਾਂ ਜ਼ਿੰਦਗੀ ਵਿੱਚ। ਐਂਡ ਉਸ ਤੋਂ ਬਾਅਦ ਮੇਰੀ ਰੇਸ ਸ਼ੁਰੂ ਹੋ ਗਈ, ਕਾਲਜ ਦੀ ਰੇਸ, ਡਿਗਰੀ ਦੀ ਰੇਸ, ਐਂਡ ਦੈਨ ਜੋਬ ਦੀ ਰੇਸ। ਪਰ ਇਸ ਰੇਸ ਵਿੱਚ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਦੇ ਕੋਈ ਬੁੱਕ ਲਿਖਾਂਗੀ। ਸੋ ਚਲੋ ਉਹ ਤਾਂ ਗੱਲ ਸਾਨੂੰ ਯੂ ਨੋ ਵੀਲ ਕਮ ਟੂ ਇਟ ਕਿ ਬੁੱਕ ਤੱਕ ਪਹੁੰਚੇ ਕਿਵੇਂ, ਪਰ ਟੈਲ ਮੀ ਮੋਰ ਅਬਾਊਟ ਕਿ ਤੁਸੀਂ ਪੰਜਾਬ ਤੋਂ ਇੱਥੇ ਆਏ, ਹਾਊ ਵਾਜ਼ ਯੋਰ ਦਿਸ ਟ੍ਰਾਂਜੀਸ਼ਨ, ਕਿਉਂਕਿ ਪੰਜਾਬ ਦਾ ਮਾਹੌਲ ਹੋ ਰਿਹਾ, ਯੂ ਐਸ ਦਾ ਮਾਹੌਲ ਹੋ ਰਿਹਾ, ਪਰ ਨਿਊਯਾਰਕ ਦਾ ਤਾਂ ਇੱਕ ਵੱਖਰਾ ਯੂਨੀਕ ਹੀ ਹੈ, ਹਾਂਜੀ ਹਾਂਜੀ, ਹੈ ਨਾ। ਈਵਨ ਯੂ ਐਸ ਦੇ ਅਸੀਂ ਕਿਸੇ ਸਮਾਲ ਟਾਊਨਸ ਵਿੱਚ ਚਲੇ ਜਾਈਏ, ਉਹ ਕਹਿੰਦੇ ਓ ਮਾਈ ਗੋਡ ਤੁਸੀਂ ਨਿਊਯਾਰਕ ਤੋਂ ਆਓ, ਇਟਸ ਲਾਈਕ ਨਿਊਯਾਰਕ ਦਾ ਵਰਲਡ ਦਾ ਕੁਛ ਐਸਾ ਹੈਗਾ ਕਿ ਅਟਰੈਕਸ਼ਨ ਬੜੀ ਹੈ। ਤੇ ਤੁਸੀਂ ਸਹੀ ਕਹਿ ਰਹੇ ਹੋ ਕਿ ਦੌੜ ਬਹੁਤ ਐਸੀ ਬਹੁਤ ਜ਼ਿਆਦਾ, ਹਾਂਜੀ। ਸੋ ਕਿਵੇਂ ਲੱਗਿਆ ਜਦੋਂ ਤੁਸੀਂ ਫਸਟ ਇੱਥੇ ਆਏ? ਸੋ ਮੇਰਾ ਜਨਮ ਐਕਚੁਅਲੀ ਬਹੁਤ ਛੋਟੇ ਪਿੰਡ ਵਿੱਚ ਹੋਇਆ ਸੀ, ਬੈਂਸਾ ਵਿੱਚ। ਸੋ ਜਦੋਂ ਇੱਥੇ ਵੱਡੇ ਸ਼ਹਿਰ ਵਿੱਚ ਮੂਵ ਹੋਈ, ਬਹੁਤ ਬੈਂਸਾ ਕਿੱਥੇ ਪੈਂਦਾ? ਬੈਂਸਾ ਟਾਂਡੇ ਦੇ ਕੋਲ, ਟਾਂਡਾ ਸ਼ਹਿਰ ਦੇ ਕੋਲ, ਜਲੰਧਰ, ਜਲੰਧਰ, ਹਾਂਜੀ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ। ਸੋ ਜਦੋਂ ਇੱਥੇ ਆਈ ਬਹੁਤ ਜ਼ਿਆਦਾ ਡਿਫਰੈਂਟ ਸੀ, ਕਿਉਂਕਿ ਪਿੰਡ ਦੀ ਲਾਈਫ ਐਂਡ ਸ਼ਹਿਰ ਦੀ ਲਾਈਫ ਬਹੁਤ ਡਿਫਰੈਂਟ ਹੁੰਦੀ ਹੈ। ਸੋ ਪਹਿਲੇ 2 ਸਾਲ ਤਾਂ ਠੀਕ ਨਿਕਲ ਗਏ ਸਕੂਲ ਵਿੱਚ, ਪਰ ਜਦੋਂ ਮੈਂ ਹਾਈ ਸਕੂਲ ਵਿੱਚ ਗਈ ਉਦੋਂ ਬਹੁਤ ਡਿਫੀਕਲਟ ਟ੍ਰਾਂਜੈਕਸ਼ਨ ਹੋਇਆ, ਟ੍ਰਾਂਜੈਕਸ਼ਨ ਹੋਇਆ ਸੀ, ਜਿਵੇਂ ਬੁਲਿੰਗ ਹੋਈ, ਡਿਸਕ੍ਰਿਮੀਨੇਸ਼ਨ ਹੋਏ, ਕਿਉਂਕਿ ਜਦੋਂ ਨਵਾਂ ਕੋਈ ਬੱਚਾ, ਐਕਚੁਅਲੀ ਜਿਵੇਂ ਤੁਸੀਂ ਨਵੇਂ ਨਵੇਂ ਆਉਂਦੇ ਹੋ ਇੰਡੀਆ ਤੋਂ, ਰਾਈਟ, ਸੋ ਤੁਸੀਂ ਇੱਥੇ ਵਰਕ ਇੰਗਲਿਸ਼ ਦੇ ਬੋਲਦੇ ਨਹੀਂ ਹੈਗੇ, ਰਾਈਟ, ਐਂਡ ਬਿਲਕੁਲ ਐਕਸੈਂਟ ਹੈਗਾ, ਸਟਰੋਂਗ ਐਕਸੈਂਟ, ਦੈਨ ਯੂ ਸੇਇੰਗ ਕਿ ਤੁਸੀਂ ਇੱਕ ਛੋਟੇ ਸ਼ਹਿਰ ਤੋਂ ਆਏ ਹੋ, ਹਾਂਜੀ, ਸੋ ਤੁਹਾਡਾ ਐਕਸੈਂਟ ਸੀ, ਐਂਡ ਆਲਸੋ ਸਾਡਾ ਸਕਿਨ ਕਲਰ, ਅਸੀਂ ਥੋੜ੍ਹੇ ਡਾਰਕ ਆਏ ਅਤੇ ਸਾਰੇ ਯੂ ਨੋ ਸਾਡੇ ਤੋਂ ਲਾਈਟ ਨੇ, ਐਂਡ ਆਲਸੋ ਆਈ ਥਿੰਕ ਉਹ ਬਹੁਤ ਏਜ ਹੀ ਬਹੁਤ ਡਿਫੀਕਲਟ ਹੁੰਦੀ, ਸਾਰੇ ਬੱਚੇ ਖੁਦ ਨੂੰ ਆਈਡੈਂਟੀਫਾਈ ਕਰ ਰਹੇ ਨੇ, ਸੋ ਦੂਜਿਆਂ ਨੂੰ ਬੁਲੀ ਕਰਦੇ ਨੇ ਕਿ ਯੂ ਨੋ ਮੈਂ ਤੁਹਾਡੇ ਨਾਲ ਚੰਗਾ, ਤੂੰ ਯੂ ਨੋ ਤੁਸੀਂ ਮੇਰੇ ਨਾਲ ਮਾੜੇ, ਸੋ ਇੱਕ ਉਹ ਹੋ ਗਿਆ, ਸੋ ਡਿਸਕ੍ਰਿਮੀਨੇਸ਼ਨ ਹੋ ਗਿਆ, ਐਂਡ ਹੋਰ ਐਵੇਂ ਹੁੰਦਾ ਕਿ ਤੁਸੀਂ ਬਾਹਰ ਐਵੇਂ ਮੈਨੂੰ ਮਹਿਸੂਸ ਹੋਇਆ ਕਿ ਬਾਹਰ ਮੇਰੀ ਕੋਈ ਆਈਡੈਂਟੀ ਹੋ ਰਹੀ, ਘਰ ਵਿੱਚ ਹੋ ਰਹੀ, ਕਿਉਂਕਿ ਘਰ ਵਿੱਚ ਅਸੀਂ ਪੰਜਾਬੀ ਹਾਂ, ਐਂਡ ਬਾਹਰ ਜਾ ਕੇ ਸਾਨੂੰ ਅਮੈਰੀਕਨ ਬਣਨਾ ਪੈਂਦਾ, ਸੋ ਇਹੀ ਥੋੜ੍ਹੀ ਗੱਲ ਹੈ। ਇਹ ਬੜੇ ਬੱਚਿਆਂ ਨੇ ਸਾਡੇ ਨਾਲ ਸ਼ੇਅਰ ਕੀਤਾ ਹੈ ਕਿ ਦਿਸ ਇਜ਼ ਵਾਟ ਯੂ ਨੋ ਦੇ ਫੀਲ, ਇੰਜ ਲੱਗਦਾ ਕਿ ਦੋ ਜ਼ਿੰਦਗੀਆਂ ਬਿਤਾ ਰਹੇ, ਐਂਡ ਆਈ ਐਮ ਸੋ ਗਲੈਡ, ਆਈ ਰੀਅਲੀ ਅਪਲੋਡ ਯੂ ਕਿ ਤੁਸੀਂ ਆ ਕੇ ਇੱਥੇ ਸ਼ੇਅਰ ਤਾਂ ਕਰ ਰਹੇ ਹੋ, ਕਿਉਂਕਿ ਬੜਿਆਂ ਬੰਦਿਆਂ ਬੜੇ ਬੱਚਿਆਂ ਨੇ ਮੇਰੇ ਨਾਲ ਸ਼ੇਅਰ ਕੀਤਾ, ਔਰ ਸ਼ਾਇਦ ਉਹ ਪਬਲਿਕਲੀ ਜਾਂ ਪੇਰੈਂਟਸ ਦੇ ਸਾਹਮਣੇ ਸ਼ੇਅਰ ਕਰਨ ਤੋਂ ਡਰਦੇ ਨੇ, ਹਾਂਜੀ ਹਾਂਜੀ, ਪਰ ਇੱਕ ਫੀਲਿੰਗ ਤੁਹਾਨੂੰ ਲੱਗੀ ਕਿ ਮੈਂ ਇੱਕ ਦੋ ਤਰ੍ਹਾਂ ਦੀ ਪਰਸਨੈਲਿਟੀਜ਼ ਜਾਂ ਜ਼ਿੰਦਗੀ ਜੀ ਰਹੀ ਹਾਂ? ਹਾਂਜੀ ਹਾਂਜੀ, ਜੇ ਬੱਚੇ ਐਟਲੀਸਟ ਮੇਰੇ ਨਾਲ ਵੀ ਬਹੁਤ ਜ਼ਿਆਦਾ ਸ਼ੇਅਰ ਕਰਦੇ ਨੇ, ਪਰ ਜੇ ਬੱਚੇ ਆਪਣੇ ਮਾਪਿਆਂ ਨਾਲ ਸ਼ੇਅਰ ਕਰਨ ਵੀ, ਪਰ ਕਿਵੇਂ ਕਰਨ, ਰਾਈਟ? ਸੋ ਮੰਮੀ ਤਾਂ ਹਮੇਸ਼ਾ ਬਿਜ਼ੀ ਹੁੰਦੇ ਨੇ ਘਰ ਦੇ ਕੰਮਾਂ ਵਿੱਚ, ਬੱਚੇ ਪਾਲਣਾ ਵਿੱਚ, ਰਾਈਟ, ਐਂਡ ਡੈਡੀ ਬਾਹਰ ਬਿਜ਼ੀ ਹੁੰਦੇ ਨੇ ਯੂ ਨੋ ਕਮਾਉਣ ਲਈ, ਰੋਟੀ ਲਾਉਣ ਲਈ, ਰਾਈਟ? ਸੋ ਕਹਿੰਦੇ ਨੇ ਕਿ ਅਸੀਂ ਆਪਣੇ ਔਲਰੇਡੀ ਕੰਮ ਕਰ ਰਹੇ ਹਾਂ, ਹੈ ਨਾ, ਤੁਹਾਨੂੰ ਸਪੋਰਟ ਕਰ ਰਹੇ ਹਾਂ, ਸੋ ਬੱਚੇ ਕਹਿੰਦੇ ਨੇ ਕਿ ਔਲਰੇਡੀ ਸਾਡੇ ਮਾਪੇ ਇੰਨਾ ਕੁਛ ਕਰ ਰਹੇ ਨੇ, ਉਹਨਾਂ ਕੋਲ ਜਾਈਏ ਤਾਂ ਕਿੱਦਾਂ ਜਾਈਏ, ਸੋ ਕਿੱਦਾਂ ਸ਼ੇਅਰ ਕਰੀਏ? ਸੋ ਆਈ ਥਿੰਕ ਇੱਦਾਂ ਦੀ ਅੰਡਰਸਟੈਂਡਿੰਗ ਹੋਣੀ ਚਾਹੀਦੀ, ਮਾਂ ਪਿਓ ਨੂੰ ਵੀ ਇਹ ਅੰਡਰਸਟੈਂਡ ਕਰਨਾ ਚਾਹੀਦਾ ਕਿ ਅਸੀਂ
ਨਵੇਂ ਸ਼ਹਿਰ ਵਿੱਚ ਆਏ, ਪਰ ਸਾਡੇ ਵੀ ਬੱਚੇ ਵੀ ਨਵੇਂ ਸ਼ਹਿਰ ਵਿੱਚ ਆਏ, ਉਹਨਾਂ ਨੂੰ ਪੁੱਛੀਏ ਐਂਡ ਆਫ ਦਾ ਡੇ ਕਿ ਬੇਟਾ ਤੁਹਾਡਾ ਦਿਨ ਕਿਵੇਂ ਦਾ ਬੀਤਿਆ, ਯੂ ਨੋ ਸਕੂਲ ਕਿਵੇਂ ਜਾ ਰਿਹਾ ਹੈ, ਤੁਹਾਨੂੰ ਕੋਈ ਬੁਲੀ ਤਾਂ ਨਹੀਂ ਕਰ ਰਿਹਾ, ਤੁਸੀਂ ਸਟਰਗਲ ਤਾਂ ਨਹੀਂ ਕਰ ਰਹੇ, ਕਿਉਂਕਿ ਜੇ ਅਸੀਂ ਇਹੋ ਜਿਹੀ ਗੱਲਾਂ ਨਹੀਂ ਪੁੱਛਾਂਗੇ ਬੱਚਿਆਂ ਨੂੰ, ਫਿਰ ਉਹ ਬੱਚੇ ਥੋੜ੍ਹਾ ਜਿਹਾ ਡਿਫਰੈਂਟ ਐਂਡ ਗਲਤ ਰਸਤਾ ਫੜ ਲੈਂਦੇ, ਰਾਈਟ? ਜੀ, ਸੋ ਤੁਹਾਨੂੰ ਲੱਗਦਾ ਹੈ ਕਿ ਉਸ ਵੇਲੇ ਤੁਹਾਡੇ ਨਾਲ ਜਦੋਂ ਤੁਸੀਂ ਆਉਂਦੇ ਸੀ ਬੁਲੀ ਹੋਈ, ਤੁਸੀਂ ਕਿਸ ਨਾਲ ਸ਼ੇਅਰ ਨਹੀਂ ਕੀਤਾ? ਨੋ, ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰਦੀ ਸੀ, ਯੂਜਲੀ ਥੋੜ੍ਹਾ ਰੋ ਲੈਂਦੀ ਸੀ, ਇੱਧਰ ਟ੍ਰੇਨ ਵਿੱਚ ਰੋ ਲੈਂਦੀ ਸੀ ਜਾਂ ਫਿਰ ਘਰ ਆ ਕੇ ਰੋ ਲਿਆ, ਪਰ ਮੇਰੇ ਵਿੱਚ ਇੱਕ ਜ਼ਿੱਦ ਸੀ ਕਿ ਮੈਂ ਨਹੀਂ ਕੁਛ ਕਹਾਂਗੀ, ਜੋ ਮੈਂ ਜ਼ਿੰਦਗੀ ਵਿੱਚ ਕਰਾਂਗੀ ਕੰਮ, ਮੇਰਾ ਉਹ ਕੰਮ ਕਿ ਕਰੇਗਾ, ਕੁਛ ਕਹੇਗਾ ਇਹਨਾਂ ਨੂੰ ਅੱਗੇ ਜਾ ਕੇ। ਸੋ ਜਦੋਂ ਵੀ ਮੈਨੂੰ ਕੋਈ ਪ੍ਰੋਬਲਮ ਹੁੰਦੀ ਸੀ, ਮੈਂ ਕਿਤਾਬਾਂ ਵਿੱਚ ਖੋ ਜਾਂਦੀ ਸੀ, ਕਿਤਾਬਾਂ ਪੜ੍ਹਨ ਲੱਗ ਪੈਂਦੀ ਸੀ, ਐਂਡ ਉਹੀ ਮੇਰਾ ਸਹਾਰਾ ਸੀ। ਸੋ ਯੂ ਯੂਸ ਟੂ ਕਾਇੰਡ ਆਫ ਹਾਈਡ ਯੋਰ ਸੈਲਫ ਇਨ ਦ ਬੁੱਕਸ? ਨਾਟ ਹਾਈਡ, ਬਟ ਇੱਕ ਏਮ ਸੀ, ਲਕਸ਼ ਸੀ ਕਿ ਇਹ ਕਿਤਾਬਾਂ ਹੀ ਮੈਨੂੰ ਕੁਛ ਕਰਾਉਣਗੀਆਂ ਜ਼ਿੰਦਗੀ ਵਿੱਚ। ਸੋ ਯੂ ਨੋ, ਕਈ ਵਾਰ ਤੁਸੀਂ ਜਵਾਬ ਮੂੰਹ ਨਾ ਦੇ ਦਿੰਦੇ ਹੋ, ਪਰ ਮੇਰਾ ਸੀ ਕਿ ਮੈਂ ਕੁਛ ਬਣ ਕੇ ਯੂ ਨੋ ਹੋਪਫੁਲੀ ਜਵਾਬ ਦੇਵਾਂਗੀ। ਦੈਟਸ ਰੀਅਲੀ ਗੁੱਡ, ਬਟ ਮੇ ਬੀ ਯੂ ਨੋ ਸਾਰਿਆਂ ਨੂੰ ਓਕੇ, ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ, ਯੂ ਨੋ ਸਮਟਾਈਮਸ ਜਿਹੜੇ ਬੱਚੇ ਹੈ ਉਹ ਮੇਰੇ ਨਾਲ ਬੜੀ ਵਾਰੀ ਸ਼ੇਅਰ ਵੀ ਕੀਤਾ ਹੈ ਕਿ ਇਸ ਤਰ੍ਹਾਂ ਦੀ ਅਗਰ ਚੀਜ਼ ਸੋਚ ਰਹੇ ਹਾਂ ਜਿਹੜੀ ਉਹਨਾਂ ਨਾਲ ਬਾਹਰ ਹੋ ਰਹੀ ਹੈ ਪਰ ਉਹ ਅੰਦਰ ਘਰ ਨਹੀਂ ਸ਼ੇਅਰ ਕਰ ਸਕਦੇ, ਅਤੇ ਧਿਆਨ ਕਿਤੇ ਵੀ ਹੋਰ ਵੀ ਜਾ ਸਕਦਾ। ਸੋ ਇਹਦੇ ਬਾਰੇ ਹੋਰ ਗੱਲਾਂ ਕਰਾਂਗੇ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਵੈਲਕਮ ਬੈਕ, ਸਾਰਿਆਂ ਦਾ ਫਿਰ ਸਵਾਗਤ ਹੈ ਬਈ। ਅੱਜ ਖਾਸ ਤੌਰ ਤੇ ਸਾਡੇ ਕੋਲ ਆਏ ਨੇ ਮਨਪ੍ਰੀਤ ਕੌਰ ਟਾਈਗਰ, ਐਂਡ ਥੈਂਕ ਯੂ ਸੋ ਮਚ ਫੋਰ ਬੀਂਗ ਹੇਅਰ ਵਾਂਸ ਅਗੇਨ। ਦੇਖੋ, ਬਹੁਤ ਸਾਰੀ ਇੰਸਪੀਰੇਸ਼ਨ ਮਿਲਦੀ ਹੈ ਕਿ ਕੁੜੀ ਇੰਨੀ ਯੰਗ ਏਜ ਵਿੱਚ ਬੁੱਕ ਲਿਖ ਚੁੱਕੀ ਹੈ, ਇੱਕ ਪਬਲਿਸ਼ਡ ਬੁੱਕ, ਯੂ ਨੋ, ਸੋ ਦੈਟਸ ਅ ਗ੍ਰੇਟ ਅਚੀਵਮੈਂਟ, ਆਈ ਵੁੱਡ ਕੰਗ੍ਰੈਚੁਲੇਟ ਯੂ। ਥੈਂਕ ਯੂ ਸੋ ਮਚ। ਮਨਪ੍ਰੀਤ, ਅਸੀਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲੇ ਕਿ ਬੁਲਿੰਗ ਦੀ, ਯੂ ਨੋ, ਐਂਡ ਇਹਨਾਂ ਦੇ ਬੁੱਕ ਦਾ ਨਾਮ ਵੀ ਹੈਗਾ ਦ ਸੋਲ ਵਿਦ ਅ ਸਕਾਰ, ਸਕਾਰ ਜਿਵੇਂ ਕਹਿੰਦੇ ਆ ਨਾ, ਹਾਂਜੀ, ਨਿਸ਼ਾਨ ਪੈ ਜਾਣਾ। ਸੋ ਵਾਟ ਯੂ ਮੀਨ ਬਾਏ ਸਕਾਰਸ? ਡੂ ਯੂ ਥਿੰਕ ਜਦੋਂ ਸਾਡੀ ਬੁਲਿੰਗ ਹੁੰਦੀ ਹੈ, ਔਰ ਕਈ ਬੱਚੇ ਸ਼ਾਇਦ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਮੈਨੂੰ ਕਿਹਾ ਕਿ ਮੈਨੂੰ ਲੱਗ ਰਿਹਾ ਸੀ ਕਿ ਸਾਰਿਆਂ ਨਾਲ ਹੁੰਦੀ ਹੈ, ਐਂਡ ਤੁਸੀਂ ਅੱਗੇ ਵਧੀ ਜਾ ਰਹੇ ਹੋ, ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਕੁਛ ਕਰਕੇ ਦਿਖਾਵਾਂ, ਸ਼ਾਇਦ ਜੇ ਮੈਂ ਜ਼ਿਆਦਾ ਮਿਹਨਤ ਕਰਾਂਗੀ ਤਾਂ ਉਹ ਕਵਰ ਹੋ ਜਾਣਗੇ। ਹਾਂਜੀ, ਬਟ ਇਜ਼ ਦੈਟ ਟਰੂ? ਇੰਝ ਹੁੰਦਾ ਹੈ? ਇੰਝ ਹੁੰਦਾ ਹੈ, ਕੁਛ ਟਾਈਮਲੀ ਹੁੰਦਾ ਹੈ, ਰਾਈਟ? ਅਸੀਂ ਕਿਸ ਚੀਜ਼ ਨੂੰ ਕੁਛ ਟਾਈਮਲੀ ਛੁਪਾ ਸਕਦੇ ਹਾਂ, ਰਾਈਟ? ਪਰ ਜੇ ਅਸੀਂ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ, ਇਟਸ ਸੋ ਇੰਪੋਰਟੈਂਟ ਦੈਟ ਵੀ ਹੀਲ ਦੋ ਸਕਾਰਸ, ਰਾਈਟ? ਸੋ ਜਿਵੇਂ ਇੱਕ ਬੁਲਿੰਗ ਦੀ ਹੋ ਗਈ, ਰਾਈਟ? ਮੁੰਡਿਆਂ ਦੀ ਬੁਲਿੰਗ ਹੁੰਦੀ ਹਮੇਸ਼ਾ ਜੂੜੇ ਕਾਰਨ ਜਾਂ ਫਿਰ ਟਰਬਨ ਕਾਰਨ, ਰਾਈਟ? ਐਂਡ ਕੁੜੀਆਂ ਦੀ ਵੀ ਹੁੰਦੀ ਹੈ, ਐਂਡ ਹੋਰ ਕਈ ਹੁੰਦੇ ਨੇ ਤੁਹਾਡੇ ਸਕਾਰਸ, ਰਾਈਟ? ਬਚਪਨ ਦੇ ਹੋ ਗਏ, ਜਿਵੇਂ ਸ਼ਾਇਦ ਤੁਹਾਡਾ ਮਾਂ ਪਿਓ ਦਾ ਪਿਆਰ ਨਹੀਂ ਮਿਲਿਆ, ਸ਼ਾਇਦ ਤੁਹਾਡੇ ਬਚਪਨ ਵਿੱਚ ਕੁਛ ਤੁਹਾਡੇ ਨਾਲ ਕੁਛ ਬੁਰਾ ਹੋ ਗਿਆ, ਰਾਈਟ? ਉਹਨੂੰ ਅਸੀਂ ਦਬਾ ਲੈਂਦੇ ਹਾਂ, ਕਿਉਂਕਿ ਇੱਕ ਹੀ ਬਹੁਤ ਛੋਟੀ ਹੁੰਦੀ ਹੈ, ਸਾਨੂੰ ਪਤਾ ਨਹੀਂ ਹੁੰਦਾ ਕਿ ਇਸ ਗੱਲ ਨੂੰ ਕਿਵੇਂ ਐਕਸਪ੍ਰੈਸ ਕਰੀਏ ਆਪਣਿਆਂ ਦੇ ਨਾਲ, ਮਾਂ ਪਿਓ ਦੇ ਨਾਲ ਜਾਂ ਫਿਰ ਫਰੈਂਡਸ ਦੇ ਨਾਲ, ਐਂਡ ਅਸੀਂ ਬਸ ਜ਼ਿੰਦਗੀ ਨਾਲ ਭੱਜੇ ਜਾ ਰਹੇ ਹਾਂ, ਤੁਰੇ ਜਾ ਰਹੇ ਹਾਂ, ਰਾਈਟ? ਪਰ ਇੱਕ ਵਕਤ ਆਉਂਦਾ ਜ਼ਿੰਦਗੀ ਵਿੱਚ ਜਦੋਂ ਤੁਸੀਂ ਅੱਗੇ ਨਹੀਂ ਵੱਧ ਪਾ ਰਹੇ, ਸੋ ਉਹ ਵਕਤ ਦਾ ਮਤਲਬ ਹੁੰਦਾ ਕਿ ਤੁਸੀਂ ਹੁਣ ਸਟਾਪ ਹੋਵੋ, ਉਸ ਚੀਜ਼ਾਂ ਨੂੰ ਹੀਲ ਕਰੋ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਵਧੀਆ ਰਸਤਾ ਲੱਭ ਸਕੋ। ਪਰ ਉਹ ਮਨਪ੍ਰੀਤ, ਪਛਾਣਨਾ ਵੀ ਬੜਾ ਜ਼ਰੂਰੀ ਨਾ ਕਿ ਉਹ ਟਾਈਮ ਆ ਗਿਆ। ਹਾਂਜੀ, ਸੋ ਕੁਛ ਆਪਣੇ ਬਾਰੇ ਦੱਸੋ, ਕਿਸ ਤਰ੍ਹਾਂ ਹੋਇਆ, ਲਾਈਕ ਯੂ ਸਟੱਡੀਡ ਸੋ ਮਚ, ਤੁਸੀਂ ਮੈਨੂੰ ਦੱਸ ਰਹੇ ਸੀ ਕਿ ਤੁਸੀਂ ਗ੍ਰੈਜੂਏਟ ਹੋਏ, ਪੋਸਟ ਗ੍ਰੈਜੂਏਟ ਹੋਏ, ਸੋ ਟੈਲ ਮੀ ਮੋਰ ਅਬਾਊਟ ਦੈਟ। ਓਕੇ, ਸੋ 2016 ਐਟ ਦ ਏਜ ਆਫ 22, 22 ਸਾਲ ਦੀ ਉਮਰ ਵਿੱਚ ਮੈਂ ਆਪਣੀ ਮਾਸਟਰਸ ਡਿਗਰੀ ਕੀਤੀ ਅਕਾਊਂਟਿੰਗ ਦੀ, ਐਂਡ ਬੈਚਲਰਸ, ਐਂਡ ਉਸ ਤੋਂ ਬਾਅਦ ਮੈਂ ਅਕਾਊਂਟਿੰਗ ਫਰਮ ਵਿੱਚ ਇੱਕ ਜੋਬ ਕਰਦੀ ਸੀ। ਸੋ ਜਦੋਂ ਮੈਂ ਉੱਥੇ ਪਹੁੰਚੀ, ਮੈਨੂੰ ਖੁਦ ਨੂੰ ਮਹਿਸੂਸ ਹੋਇਆ ਕਿ ਇਹ ਰਸਤਾ ਸ਼ਾਇਦ ਮੇਰੇ ਲਈ ਨਹੀਂ ਹੈਗਾ, ਰਾਈਟ? ਪਰ ਮੈਂ ਫਿਰ ਸੋਚਿਆ ਕਿ ਕਿਉਂ ਲੱਗਿਆ, ਮਤਲਬ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸੀ, ਕੀ ਰੂਟੀਨ ਸੀ ਤੁਹਾਡਾ, ਕਿਉਂ ਇਸ ਤਰ੍ਹਾਂ ਇੱਕਦਮ ਇੰਨੇ ਥੋੜ੍ਹੇ ਪੀਰੀਅਡ 'ਚ ਤੁਹਾਨੂੰ ਲੱਗਿਆ ਕਿ ਦਿਸ ਇਜ਼ ਨੋਟ ਫੋਰ ਮੀ? ਸੋ ਉਸ 'ਤੇ ਕਹਾਂਗੀ ਕਿ ਉਸ ਦਾ ਸਕੈਜੂਲ ਬਹੁਤ ਲੰਬਾ ਸੀ, ਘੰਟੇ ਬਹੁਤ ਜ਼ਿਆਦਾ ਸੀ, ਐਂਡ ਮੈਂ ਆਪਣਾ ਪ੍ਰੋਫੈਸ਼ਨ ਚੂਜ਼ ਕੀਤਾ ਬੇਸਡ ਔਨ ਦਾ ਫੈਕਟ, ਯੂ ਨੋ, ਇੱਥੇ ਪੈਸੇ ਮਿਲਣਗੇ, ਇੱਥੇ ਖੁਸ਼ ਰਹਾਂਗੇ, ਐਂਡ ਟਾਈਟਲ ਵੀ ਵਧੀਆ ਹੈ, ਐਂਡ ਮੰਮੀ ਡੈਡੀ ਵੀ ਖੁਸ਼, ਯੂ ਨੋ, ਸਾਰੇ ਵਧੀਆ ਜਾ ਰਿਹਾ ਸੀ। ਕਾਰਪੋਰੇਟ ਵਰਲਡ? ਹਾਂਜੀ, ਕਾਰਪੋਰੇਟ ਵਰਲਡ, ਕਿਉਂਕਿ ਇਹੀ ਇੱਕ ਮੰਜ਼ਿਲ ਹੁੰਦੀ ਟੀਨੇਜ ਈਅਰ ਤੋਂ, ਬਸ ਇਹੀ ਕਿ ਕੁਛ ਕਰਨਾ ਜ਼ਿੰਦਗੀ ਵਿੱਚ, ਐਂਡ ਯੂ ਨੋ, ਕਾਰਪੋਰੇਟ ਵਰਲਡ ਵਿੱਚ ਜਾ ਕੇ ਕਰਾਂਗੇ, ਵਾਲ ਸਟ੍ਰੀਟ 'ਤੇ। ਹਾਂਜੀ ਹਾਂਜੀ, ਪਰ ਇਹ ਨਹੀਂ ਕੁਛ ਸਿਖਾਇਆ ਜਾ ਸਕਦਾ ਕਿ ਤੁਸੀਂ ਖੁਦ ਆਪਣੇ, ਯੂ ਨੋ, ਆਪਣੇ ਟੈਲੈਂਟ 'ਤੇ, ਹੈਬਿਟਸ 'ਤੇ ਵੀ ਕੁਛ ਕਰ ਸਕਦੇ ਹੋ। ਸੋ ਉੱਥੇ ਜਦੋਂ ਮੈਂ ਪਹੁੰਚੀ, ਮੈਂ ਰਿਅਲਾਈਜ਼ ਕੀਤਾ ਕਿ ਮੇਰੇ ਲਈ ਨਹੀਂ ਹੈਗੀ ਦੁਨੀਆ, ਰਾਈਟ? ਜਸਟ ਬਿਕੋਜ਼ ਸਾਰੇ ਲੋਕ ਉੱਥੇ ਜਾ ਕੇ ਸਕਸੈਸਫੁਲ ਹੋ ਰਹੇ ਹਨ। ਤੁਹਾਨੂੰ ਕਿ ਮੇਰੇ ਲਈ ਨਹੀਂ, ਕੀ ਹੋਇਆ ਸੀ ਤੁਹਾਡੇ ਨਾਲ ਉੱਥੇ ਜਿਹੜਾ? ਆਈ ਥਿੰਕ ਜਸਟ ਦ ਵਰਕ ਲਾਈਫ ਬੈਲੈਂਸ ਟੂਡੇ, ਨਾਓ ਡੇਜ਼ ਦੇਰ ਜਸਟ ਸੋ ਮਚ ਪ੍ਰੈਸ਼ਰ, ਬਹੁਤ ਪ੍ਰੈਸ਼ਰ ਹੈ, ਯੂ ਨੋ, ਅੱਜ ਕੱਲ੍ਹ ਬੱਚਿਆਂ ਦੇ ਉੱਤੇ ਕਿ ਤੁਸੀਂ ਘਰ ਵੀ ਮੇਨਟੇਨ ਕਰੋ, ਐਂਡ ਬਾਹਰ ਵੀ ਮੇਨਟੇਨ ਕਰੋ, ਐਂਡ ਆਪਣੀ ਇਮੇਜ ਵੀ ਮੇਨਟੇਨ ਕਰੋ, ਐਂਡ ਦੈਨ ਵਿਆਹ ਬਾਰੇ ਵੀ ਸੋਚੋ, ਸੋ ਬਹੁਤ ਗੱਲਾਂ, ਯੂ ਨੋ, ਪ੍ਰੈਸ਼ਰ ਹੋ ਜਾਂਦਾ, ਐਂਡ ਮੇਨਲੀ ਆਈ ਥਿੰਕ
ਕਈ ਵਾਰ ਇਦਾਂ ਹੋ ਜਾਂਦਾ ਕਿ ਕਈ ਰਾਹ ਤੁਹਾਡੇ ਲਈ ਨਹੀਂ ਹੁੰਦੇ ਹੈਗੇ, ਸੋ ਆਈ ਥਿੰਕ ਮੇਨਲੀ ਸੋ ਯੂ ਰੈਕਗਨਾਈਜ਼ ਦੈਟ, ਹਾਂਜੀ ਤੁਹਾਨੂੰ ਪਛਾਣ ਆ ਗਈ ਕਿ ਮੇਰਾ ਯੂ نو ਡਾਊਨਫਾਲ ਜਾ ਰਿਹਾ ਫਿਜ਼ੀਕਲੀ ਮੈਂਟਲੀ, ਯੂ ਬਿਕੇਮ ਇਲ ਔਰ ਸਮਥਿੰਗ ਕੁਝ? ਨਹੀਂ ਤੁਹਾਨੂੰ ਸੋ ਜਦੋਂ ਤੁਸੀਂ ਬਹੁਤ ਕੰਮ ਕਰਦੇ ਹੋ ਤੁਹਾਨੂੰ ਆਬਵੀਅਸਲੀ ਪ੍ਰੈਸ਼ਰ ਹੋ ਜਾਂਦਾ, ਤੁਹਾਡੀ ਮੈਂਟਲ ਹੈਲਥ ਅਫੈਕਟ ਹੁੰਦੀ, ਇਮੋਸ਼ਨਲ ਹੈਲਥ ਅਫੈਕਟ ਹੁੰਦੀ, ਆਬਵੀਅਸਲੀ ਤੁਹਾਡੀ ਫਿਜ਼ੀਕਲ ਹੈਲਥ ਵੀ ਅਫੈਕਟ ਹੁੰਦੀ, ਰਾਈਟ? ਸੋ ਜੇ ਤੁਸੀਂ ਬਾਹਰੋਂ ਖੁਸ਼ ਨਹੀਂ ਹੈਗੇ ਤੁਹਾਡਾ ਅੰਦਰ ਵੀ ਖੁਸ਼ ਨਹੀਂ ਹੋ ਸਕਦਾ ਹੈਗਾ, ਤੁਹਾਡਾ ਅੰਦਰ ਵੀ ਬਹੁਤ ਜ਼ਿਆਦਾ ਅਫੈਕਟ ਹੋਏਗਾ। ਸੋ ਕੀ ਕੀਤਾ ਤੁਸੀਂ, ਯੂ ਲੈਫਟ ਦ ਜੋਬ? ਹਾਂਜੀ, ਜੋਬ ਲੈਫਟ ਕਰ ਦਿੱਤੀ, ਮੈਂ ਕਿਹਾ ਆਈਲ ਟੇਕ ਅ ਸਮਾਲਰ ਜੋਬ, ਯੂ ਨੋ, ਛੋਟੇ ਘੰਟਿਆਂ ਦੀ ਛੋਟੇ ਪੇ ਦੀ ਜੋਬ ਲਵਾਂਗੀ। ਐਂਡ ਉਸ ਤੋਂ ਬਾਅਦ ਸਿਰਫ ਉਸ ਤੋਂ ਬਾਅਦ ਜੋ ਜੋ ਬਾਹਰ ਹੋ ਰਿਹਾ ਸੀ, ਰਾਈਟ, ਸੋ ਮੈਂ ਸੋਚਿਆ ਕਿ ਬਾਹਰੋਂ ਆਂਸਰ ਹੀ ਕਿਉਂ ਲੱਭੀ, ਅਸੀਂ ਅੰਦਰ ਕਿਉਂ ਨਹੀਂ ਆਂਸਰ ਲੱਭਦੇ ਹੈਗੇ, ਰਾਈਟ? ਸੋ ਪਰ ਕੀ ਸੀ ਉਹ, ਮੈਨੂੰ ਆਈ ਰੀਲੀ ਐਮ ਇੰਟਰਸਟਿਡ ਕਿ ਉਸ ਪੀਰੀਅਡ ਦੇ ਬਾਰੇ ਕੁਝ ਦੱਸੋ ਜਦੋਂ ਯੂ نو ਇੱਕ ਬੱਚਾ ਜਿਹੜਾ ਬੜੀ ਮਿਹਨਤ ਕਰ ਰਿਹਾ ਹੋਏ, 22 ਇਅਰ 올ਡ ਪੋਸਟ ਗ੍ਰੈਜੂਏਟ ਹੋ ਗਿਆ ਹੋਏ, ਐਸ ਪੇਰੈਂਟਸ ਸਡਨਲੀ ਘਰ ਬੈਠ ਜਾਏ ਜਾਂ ਛੋਟੀ ਜੋਬ ਲੱਭਣ ਲੱਗ ਜਾਏ, ਤੇ ਵਾਟ ਵਾਸ ਦ ਰਿਸਪੌਂਸ ਫਰਮ ਫੈਮਿਲੀ, ਯੂ نو ਕਲੋਜ਼ਡ ਵਨਸ ਜਿਹੜੇ ਹੈਗੇ ਆ, ਉਹ ਕੀ ਸੋਚਦੇ ਸੀ, ਤੁਹਾਨੂੰ ਸੁਸਾਇਟੀ ਕੀ ਕਹਿ ਰਹੀ ਸੀ ਉਸ ਵੇਲੇ? ਸੁਸਾਇਟੀ ਤੇ ਜੋ ਕਹਿਣਾ ਉਹਨਾਂ ਨੇ ਉਹ ਕਹਿਣਾ ਹੀ ਹੈ, ਰਾਈਟ? ਸਾਰੇ ਕਹਿੰਦੇ ਨੇ ਕਿ ਹਾਂ ਇੰਨੀ ਪੜ੍ਹਾਈ ਕੀਤੀ ਹੈ, ਇੰਨੀ ਵਧੀਆ ਜੋਬ ਸੀ, ਯੂ نو ਹੁਣ ਕੁਛ ਨਹੀਂ ਕਰ ਰਹੀ ਤੀ ਜ਼ਿੰਦਗੀ ਵਿੱਚ। ਪਰ ਆਈ ਥਿੰਕ ਐਟ ਦ ਸੇਮ ਟਾਈਮ ਸਾਨੂੰ ਸਾਰਿਆਂ ਨੂੰ ਰਿਅਲਾਈਜ਼ ਕਰਨਾ ਚਾਹੀਦਾ, ਸਾਨੂੰ ਬੱਚਿਆਂ ਨੂੰ, ਮਾਂ ਪਿਓ ਨੂੰ, ਸੁਸਾਇਟੀ ਵਿੱਚ ਸਾਰਿਆਂ ਨੂੰ ਰਿਅਲਾਈਜ਼ ਕਰਨਾ ਚਾਹੀਦਾ ਕਿ ਜ਼ਿੰਦਗੀ ਵਿੱਚ ਇੱਕ ਵਕਤ ਆਉਂਦਾ ਹੈ ਜੋ ਤੁਹਾਨੂੰ ਸ਼ਾਇਦ ਇੰਸਪਾਇਰ ਕਰਦਾ, ਇੰਡੀਕੇਟ ਕਰਦਾ ਕਿ ਤੁਹਾਨੂੰ ਜ਼ਿੰਦਗੀ ਵਿੱਚ ਪੌਜ਼ ਲੈਣੀ ਚਾਹੀਦੀ, ਰਾਈਟ? ਸੋ ਜੇ ਅਸੀਂ ਜ਼ਿੰਦਗੀ ਵਿੱਚ ਪੌਜ਼ ਲੈਣਾ ਸਿੱਖ ਲਈਏ, ਅਸੀਂ ਆਪਣੀ ਜ਼ਿੰਦਗੀ ਦੇ ਵਧੀਆ ਰਸਤੇ ਲੱਭ ਸਕਦੇ ਹਾਂ, ਰਾਈਟ? ਸੋ ਜੇ ਅਸੀਂ ਭੱਜੀ ਜਾ ਰਹੇ ਹਾਂ, ਭੱਜੀ ਜਾ ਰਹੇ ਹਾਂ, ਆਪਣੀ ਜ਼ਿੰਦਗੀ ਨੂੰ ਇਵੈਲੂਏਟ ਨਹੀਂ ਕਰਦੇ ਹੈਗੇ, ਆਪਣੀ ਜ਼ਿੰਦਗੀ ਨੂੰ ਆਡਿਟ ਨਹੀਂ ਕਰਦੇ ਹੈਗੇ ਕਿ ਪਿਛਲੇ 10 ਸਾਲ ਮੈਂ ਇਹ ਕੁਛ ਕੀਤਾ, ਅਗਲੇ 10 ਸਾਲ ਮੈਂ ਇਹ ਕੁਛ ਕਰਨਾ ਚਾਹੁੰਦੀ ਹਾਂ, ਰਾਈਟ? ਸੋ ਜੇ ਅਸੀਂ ਆ ਗਈ ਨਾ ਅਕਾਊਂਟੈਂਟ ਵਾਲੀ ਟਰਮੀਨੋਲੋਜੀ ਕਿ ਵੀ ਆਪਣੀ ਜ਼ਿੰਦਗੀ ਨੂੰ ਆਡਿਟ ਕਰੀਏ, ਰੁਕ ਕੇ ਦੇਖੀਏ ਕਿ ਕਿਹੜੇ ਪਾਸੇ ਜਾ ਰਹੇ ਹਾਂ, ਉਹਦਾ ਕੋਈ ਪ੍ਰੋਡਕਟਿਵ ਵੀ ਹੈਗਾ ਕਿ ਉਹਦਾ ਇਨਪੁੱਟ ਜ਼ਿਆਦਾ ਤੇ ਆਊਟਪੁੱਟ ਘੱਟ ਹੈ? ਹਾਂਜੀ ਹਾਂਜੀ, ਐਂਡ ਅਸੀਂ ਜ਼ਿੰਦਗੀ ਵਿੱਚ ਦੂਜਿਆਂ ਨੂੰ ਬਹੁਤ ਜ਼ਿਆਦਾ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪ ਅਸੀਂ ਖੁਦ ਨੂੰ ਖੁਸ਼ ਨਹੀਂ ਕਰ ਪਾਉਂਦੇ। ਸੋ ਯੂ ਥਿੰਕ ਜਦੋਂ ਅਸੀਂ ਇਹ ਦੌੜ 'ਚ ਜਾ ਰਹੇ ਹੁੰਦੇ ਹਾਂ ਐਂਡ ਅਗਰ ਨਾ ਸੋਚ ਕੇ ਜਾ ਰਹੇ ਹੋ, ਮਾਈਂਡਫੁਲੀ ਨਾ ਜਾ ਰਹੇ ਹੋਈਏ, ਤੇ ਅਸੀਂ ਬੜੀ ਵੱਡੀ ਕੋਸਟ ਦੇ ਦਿੰਦੇ ਹਾਂ ਕਈ ਵਾਰੀ। ਹਾਂਜੀ, ਬਹੁਤ ਜ਼ਿਆਦਾ ਵੱਡੀ, ਬਿਕੋਜ਼ ਲੇਟਰ ਔਨ ਤੁਹਾਨੂੰ ਰਿਅਲਾਈਜ਼ ਹੁੰਦਾ ਹੈ 10 ਸਾਲ ਬਾਅਦ, 20 ਸਾਲ ਬਾਅਦ ਕਿ ਸ਼ਾਇਦ ਯੂ نو ਮੈਂ ਕੁਛ ਟਾਈਮ ਆਪਣੇ ਦਿੱਤਾ ਹੁੰਦਾ, ਕਿਉਂਕਿ ਜ਼ਿੰਦਗੀ ਤਾਂ ਰਹੇਗੀ, ਪੈਸੇ ਵੀ ਰਹਿਣਗੇ, ਜੋਬਸ ਵੀ ਰਹਿਣਗੇ, ਮਾਰਕੀਟ ਕਿੱਥੇ ਨਹੀਂ ਭੱਜੀ ਜਾ ਰਹੀ, ਰਾਈਟ? ਪਰ ਤੁਹਾਡੀ ਜਿਹੜੀ ਉਮਰ ਹੈ, ਤੁਹਾਡਾ ਜਿਹੜਾ ਸਮਾਂ ਹੈ, ਉਹ ਨਹੀਂ ਵਾਪਸ ਆਏਗਾ। ਨੋ, ਦੈਟਸ ਗ੍ਰੇਟ। ਸੋ ਪਲੀਜ਼ ਸਾਰਿਆਂ ਨੂੰ ਮੈਂ ਰਿਕੁਐਸਟ ਕਰਦੀ ਹਾਂ, ਜ਼ਰੂਰ ਕਾਲ ਕਰੋ ਔਰ ਮਨਪ੍ਰੀਤ ਨਾਲ ਗੱਲ ਕਰੋ ਕਿ ਯੂ نو ਇਹ ਬੱਚੀ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ ਇਹ ਮੈਨੂੰ ਲੱਗਦਾ ਇਹ ਕਨਵਰਸੇਸ਼ਨ ਨਾ ਸਾਨੂੰ ਇਹੋ ਜਿਹੀਆਂ ਕਨਵਰਸੇਸ਼ਨਸ ਬ੍ਰਿਜ ਕਰਦੀਆਂ ਜਨਰੇਸ਼ਨ ਗੈਪਸ ਵਿੱਚ, ਕਿਉਂਕਿ ਅਸੀਂ ਇਹਨਾਂ ਦਾ ਪਰਸਪੈਕਟਿਵ ਸੁਣਨਾ ਬੜਾ ਜ਼ਰੂਰੀ ਹੈ ਟੂ ਅੰਡਰਸਟੈਂਡ ਕਿ ਕਿਹੜੀ ਸੋਚ ਹੈ, ਕਿਉਂਕਿ ਐਜ਼ ਅ ਪੇਰੈਂਟ ਸਾਨੂੰ ਲੱਗਦਾ ਹੈ, ਬੜੀ ਵਾਰੀ ਮੈਂ ਆਈ ਐਮ ਗਿਲਟੀ ਆਫ ਡੂਇੰਗ ਦੈਟ, ਕਿ ਐਜ਼ ਅ ਪੇਰੈਂਟ ਸਾਨੂੰ ਲੱਗਦਾ ਕਿ ਅਗਰ ਅਸੀਂ ਉਹਨਾਂ ਨੂੰ ਇਹ ਰਸਤਾ ਦਿਖਾਉਂਦੇ ਰਹੀਏ ਨਾ ਕਿ ਹਾਂਜੀ ਹੁਣ ਤੁਸੀਂ ਪੜ੍ਹਾਈ ਕਰ ਲਓ, ਗ੍ਰੇਡਸ ਲੈ ਲਓ ਅੱਛੇ, ਫਿਰ ਅੱਛੇ ਕਾਲਜ ਚਲੇ ਜਾਓ, ਫਿਰ ਉੱਥੇ ਗ੍ਰੇਡਸ ਲੈ ਲਓ, ਫਿਰ ਅੱਛੀ ਜੋਬ ਲੈ ਲਓ, ਮਤਲਬ ਅਸੀਂ ਆਪਣਾ ਪਾਰਟ ਕਰ ਰਹੇ ਹਾਂ। ਹਾਂਜੀ, ਬਟ ਨੋਟ ਰਿਅਲਾਈਜ਼ਿੰਗ ਦ ਵੇ ਯੂ ਐਕਸਪਲੇਨਿੰਗ ਕਿ ਸਮਟਾਈਮਸ ਇਟਸ ਜਸਟ ਸੋ ਇੰਪੋਰਟੈਂਟ ਟੂ ਲਿਸਨ। ਹਾਂਜੀ, ਸਿਰਫ ਤੁਹਾਨੂੰ ਬਿਠਾ ਕੇ ਸਾਨੂੰ ਸੁਣਨ ਦੀ ਲੋੜ ਹੈ, ਜਸਟ ਚੁੱਪ ਕਰਕੇ। ਹਾਂਜੀ, ਸੁਣਨ ਦੀ ਲੋੜ, ਐਂਡ ਬਿਫੋਰ ਵੀ ਕੈਨ ਸੇ ਸਮਥਿੰਗ ਟੂ ਅਰ ਪੇਰੈਂਟਸ, ਰਾਈਟ, ਬਿਫੋਰ ਅਸੀਂ ਇੰਨੇ ਜੋਗੇ ਹੋ ਜਾਈਏ ਕਿ ਅਸੀਂ ਪੇਰੈਂਟਸ ਕੁਛ ਦੱਸ ਸਕੀਏ, ਰਾਈਟ, ਵੀ ਹੈਵ ਟੂ ਲਿਸਨ ਟੂ ਅਰਸੈਲਫ। ਜੇ ਸਾਡੀ ਆਪਣੀ ਆਵਾਜ਼ ਸਾਡੇ ਤੱਕ ਅਜ ਤੱਕ ਨਹੀਂ ਪਹੁੰਚੀ ਹੈਗੀ ਕਿ ਮੈਂ ਕੀ ਕਰਨਾ ਜ਼ਿੰਦਗੀ ਵਿੱਚ, ਫਿਰ ਅਸੀਂ ਆਪਣੇ ਮਾਂ ਪਿਓ ਨੂੰ ਕਿਵੇਂ ਕਹਿ ਸਕਦੇ ਹਾਂ ਕਿ ਤੁਸੀਂ ਇਸ ਗੱਲ ਵਿੱਚ ਮੈਨੂੰ ਸਪੋਰਟ ਕਰੋ, ਰਾਈਟ? ਸੋ ਮਾਂ ਪਿਓ ਨੂੰ ਪੁੱਛਣ ਤੋਂ ਪਹਿਲਾਂ ਸਾਨੂੰ ਖੁਦ ਨੂੰ 100% ਹੋਣਾ ਪਏਗਾ ਕਿ ਮੰਮੀ ਡੈਡੀ ਇਹ ਰਾਹ ਮੈਂ ਚੁਣਿਆ, ਤੁਸੀਂ ਪਲੀਜ਼ ਮੈਨੂੰ ਸਪੋਰਟ ਕਰੋ, ਇਹਦੇ ਵਿੱਚ ਮੈਨੂੰ ਖੁਸ਼ੀ ਮਿਲੇਗੀ, ਡਿਗਰੀਆਂ ਵਿੱਚ ਮੈਨੂੰ ਨਹੀਂ ਖੁਸ਼ੀ ਮਿਲੇਗੀ, ਵੱਡੀਆਂ ਜੋਬਾਂ ਵਿੱਚ ਨਹੀਂ ਖੁਸ਼ੀ ਮਿਲੇਗੀ। ਸੋ ਇਹਨੇ ਇੱਕ ਗੱਲ ਹੋਰ ਮੈਂ ਐਡ ਕਰਨੀ ਹੈ ਕਿ ਪੂਰੀ ਜ਼ਿੰਦਗੀ ਅਸੀਂ ਖੁਸ਼ੀ ਚੀਜ਼ਾਂ ਵਿੱਚ ਕਿਉਂ ਲੱਭਦੇ ਰਹਿੰਦੇ ਹਾਂ, ਅਸੀਂ ਖੁਸ਼ੀ ਆਪਣੇ ਅੰਦਰ ਕਿਉਂ ਨਹੀਂ ਲੱਭਦੇ ਹੈਗੇ ਕਿ ਕਿਉਂ ਸਾਨੂੰ ਲੱਗਦਾ ਹੈ ਕਿ ਜਦੋਂ ਸਾਨੂੰ ਡਿਗਰੀ ਮਿਲ ਜਾਏਗੀ, ਜਦ ਸਾਨੂੰ ਕੋਈ ਟਾਈਟਲ ਮਿਲ ਜਾਏਗਾ ਜ਼ਿੰਦਗੀ ਵਿੱਚ, ਉਦੋਂ ਅਸੀਂ ਖੁਸ਼ ਹੋਵਾਂਗੇ। ਦੈਟਸ ਐਨ ਇੰਟਰਸਟਿੰਗ ਨੋਟ, ਐਂਡ ਔਨ ਦਿਸ ਨੋਟ ਕਿ ਅਸੀਂ ਹਰ ਵੇਲੇ ਬਾਹਰ ਲੱਭ ਰਹੇ ਹਾਂ, ਕਦੀ ਗ੍ਰੇਡਸ ਵਿੱਚ, ਈਵਨ ਐਜ਼ ਪੇਰੈਂਟਸ ਅਸੀਂ ਕਹਿੰਦੇ ਹਾਂ ਬੱਚਿਆਂ ਦੀ ਖੁਸ਼ੀ ਲੱਭਦੇ ਹਾਂ, ਬਟ ਗ੍ਰੇਡਸ ਵਿੱਚ, ਡਿਗਰੀਆਂ ਦੇ ਵਿੱਚ ਜਾਂ ਬਾਹਰ ਉਹਨਾਂ ਦੀ ਸਫਲਤਾ ਦੇ ਵਿੱਚ ਕਿਤੇ ਨਾ ਕਿਤੇ ਬਾਹਰ ਲੱਭਦੇ ਪਏ ਹਾਂ। ਅਤੇ ਇਸ ਤੋਂ ਬਿਹਤਰ ਪੁੱਛਦੇ ਹਾਂ ਇਹਨੂੰ ਵੀ ਕਿਹਦੇ 'ਚ ਲੱਭਣੀ ਬੈਟਰ ਹੈ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ, ਵੈਲਕਮ ਮਨਪ੍ਰੀਤ, ਐਂਡ ਥੈਂਕ ਯੂ ਫੋਰ ਸ਼ੇਅਰਿੰਗ ਯੋਰ ਬੁੱਕ। ਯੂ نو ਇਹ ਬੁੱਕ ਹੈਗੀ ਇਹਦੀ ਜਿਹੜੀ ਇਹਨੇ ਲਿਖੀ ਹੈ, ਦ ਸੋਲ ਵਿਦ ਅ ਸਕਾਰ। ਸੋ ਜਿਸ ਤਰ੍ਹਾਂ ਅਸੀਂ ਯੂ نو ਪਹਿਲੇ ਗੱਲ ਕਰ ਰਹੇ ਸੀ ਕਿ ਤੁਸੀਂ ਕਿਹਾ ਕਿ ਬਾਹਰ
ਖੁਸ਼ੀ ਲੱਭਦੇ ਹਾਂ ਅਸੀਂ। ਸੋ ਅਗਰ ਬਾਹਰ ਨਹੀਂ ਲੱਭਣੀ, ਹਾਂਜੀ, ਕਿੱਥੇ ਲੱਭਣੀ? ਖੁਦ ਦੇ ਅੰਦਰ ਲੱਭੋ। ਅਸੀਂ ਐਕਚੁਲੀ ਬਹੁਤ ਕੁਛ ਬਾਹਰ ਲੱਭਣੇ ਹਾਂ, ਰੱਬ ਨੂੰ ਵੀ ਬਾਹਰ ਲੱਭਣੇ ਹਾਂ, ਗੁਰੂ ਨੂੰ ਵੀ ਬਾਹਰ ਲੱਭਣੇ ਹਾਂ, ਰਾਈਟ? ਸੋ ਜੇ ਅਸੀਂ ਆਪਣੇ ਅੰਦਰ ਦੇਖਣਾ ਸ਼ੁਰੂ ਕਰ ਦਈਏ, ਆਈ ਥਿੰਕ ਬਹੁਤ ਸਾਨੂੰ ਆਨਸਰਸ ਮਿਲਣਗੇ, ਰਾਈਟ? ਸੋ ਅੰਦਰ ਕਿਵੇਂ ਦੇਖੀਏ? ਲਾਈਕ ਤੁਸੀਂ ਇੰਨੇ ਯੰਗ ਹੋ ਕੇ, ਤੁਹਾਡੀ ਜਰਨੀ ਮੈਨੂੰ ਕੁਛ ਦੱਸੋ ਕਿ ਹਾਊ ਡਿਡ ਯੂ ਹੈਲਪ, ਵਟ ਹੈਲਪ ਯੂ ਕਿ ਤੁਸੀਂ ਅੰਦਰ ਦੇਖ ਪਾਏ ਜਾਂ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋ? ਹਾਂਜੀ, ਸੋ ਜਦੋਂ ਮੈਂ ਆਪਣੇ ਜੋਬ ਵਿੱਚ ਸੀ, ਰਾਈਟ, ਐਂਡ ਖੁਸ਼ ਨਹੀਂ ਸੀ, ਮੈਂ ਕਹੀ ਨਹੀਂ ਜ਼ਿੰਦਗੀ ਇੰਨੀ, ਯੂ ਨੋ, ਇੰਨੀ ਪੜ੍ਹਾਈ ਕੀਤੀ ਐਂਡ ਖੁਸ਼ੀਆਂ ਲੱਭ ਰਹੀ ਸੀ ਬਾਹਰ ਡਿਗਰੀਆਂ ਵਿੱਚ ਐਂਡ ਜੋਬ ਵਿੱਚ, ਫਿਰ ਮੈਂ ਰਿਅਲਾਈਜ਼ ਕੀਤਾ ਕਿ ਮੈਂ ਅੰਦਰ ਕਿਉਂ ਨਹੀਂ ਲੱਭ ਰਹੀ ਹੈਗੀ, ਰਾਈਟ? ਸੋ ਮੈਂ ਆਪਣੀ ਸਪਿਰਿਚੁਅਲ ਜਰਨੀ ਸ਼ੁਰੂ ਕਰ ਦਿੱਤੀ। ਸੋ ਬਹੁਤ ਮੈਡੀਟੇਸ਼ਨ, ਯੋਗਾ ਕਰਨਾ ਸ਼ੁਰੂ ਕਰ ਦਿੱਤਾ ਐਂਡ ਗੁਰਬਾਣੀ ਵੀ ਪੜ੍ਹੀ। ਉਹਨਾਂ ਦਾ ਮਤਲਬ ਕੀ ਹੁੰਦਾ ਹੈ, ਰਾਈਟ? ਉਹ ਕੀ ਜ਼ਿੰਦਗੀ ਬਾਰੇ ਦੱਸਦੇ ਨੇ, ਕਿਉਂਕਿ ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਉਹ ਤਾਂ ਸਾਡੀ ਬਾਹਰਲੀ ਬਣਾਈ ਹੋਈ ਹੈ, ਰਾਈਟ? ਉਹ ਸੋਸਾਇਟੀ ਨੇ ਬਣਾਈ ਹੈ, ਪਰ ਇੱਕ ਦੁਨੀਆ ਉਹ ਵੀ ਹੈ ਜਿਹੜੀ ਸਾਡੇ ਕਿਤਾਬਾਂ ਵਿੱਚ ਲਿਖੀ ਹੈ ਐਂਡ ਗੁਰਬਾਣੀ ਵਿੱਚ ਲਿਖੀ ਹੈ, ਐਂਡ ਆਈ ਥਿੰਕ ਉਸਨੇ ਮੈਨੂੰ ਬਹੁਤ ਹੈਲਪ ਕੀਤੀ ਜਰਨੀ ਵਿੱਚ। ਸੋ ਯੂ ਸਟਾਰਟਡ ਮੈਡੀਟੇਟਿੰਗ? ਹਾਂਜੀ, ਭਾਵੇਂ ਗੁਰਬਾਣੀ ਰਾਹੀਂ ਜਾਂ ਉਸ ਤਰ੍ਹਾਂ। ਸੋ ਤੁਹਾਨੂੰ ਲੱਗਦਾ ਕਿ ਦੈਟ ਹੈਲਪ ਯੂ ਸੀ ਵਿਦ ਇਨ? ਹਾਂਜੀ, ਦੈਟ ਹੈਲਪ ਸੋ ਮੱਚ, ਕਿਉਂਕਿ ਅਸੀਂ ਪੂਰਾ ਦਿਨ, ਫੋਰ ਐਗਜ਼ਾਮਪਲ, ਇੱਕ ਐਗਜ਼ਾਮਪਲ ਆ ਰਿਹਾ, ਰਾਈਟ? ਪੂਰਾ ਦਿਨ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਠਦੇ ਹਾਂ, ਬਰੱਸ਼ ਕਰਦੇ ਹਾਂ, ਕੰਮ 'ਤੇ ਜਾਂਦੇ ਹਾਂ, ਟ੍ਰੇਨ ਲੈਂਦੇ ਹਾਂ, ਫਿਰ ਉੱਥੇ ਬਹਿੰਦੇ ਹਾਂ, ਪੂਰਾ ਦਿਨ ਕੰਮ ਕਰਦੇ ਹਾਂ, ਫਿਰ ਟ੍ਰੇਨ ਲੈ ਕੇ ਘਰ ਆਉਂਦੇ ਹਾਂ, ਰੋਟੀ ਖਾਈ ਦੀ, ਟੀ ਵੀ ਦੇਖੀ ਦਾ, ਸੋ ਜੀ ਦਾ, ਰਾਈਟ? ਪਰ ਜਦੋਂ ਅਸੀਂ ਮੈਡੀਟੇਟ ਕਰਦੇ ਹਾਂ, ਦੈਟ ਪ੍ਰੋਸੈਸ ਅਲਾਊਜ਼ ਅਸ ਟੂ ਸਿਟ ਡਾਊਨ ਐਂਡ ਆਪਣੇ ਅੰਦਰ ਦੇ ਥੋਟਸ ਨੂੰ ਸਾਨੂੰ ਦੇਖਣ ਦੀ ਇਜਾਜ਼ਤ ਦਿੰਦਾ ਹੈ। ਪਰ ਜੇ ਅਸੀਂ ਬੈਠਾਂਗੇ ਨਹੀਂ, ਮੈਡੀਟੇਟ ਨਹੀਂ ਕਰਾਂਗੇ, ਫਿਰ ਉਹ ਕਿਵੇਂ ਕਰ ਪਾਵਾਂਗੇ? ਸੋ ਮੈਡੀਟੇਟ ਸਾਨੂੰ, ਯੂ ਨੋ, ਹੈਲਪ ਕਰਦਾ ਹੈ ਕਿ ਅਸੀਂ ਅੰਦਰ ਦੇਖੀਏ। ਸੋ ਜੇ ਅੰਦਰ ਦੇਖਾਂਗੇ, ਫਿਰ ਹੀ ਅਸੀਂ ਬਾਹਰ ਦੀ ਆਪਣੀ ਜ਼ਿੰਦਗੀ ਵਧੀਆ ਬਣਾ ਸਕਦੇ ਹਾਂ। ਐਂਡ ਦੈਨ ਯੋਗਾ, ਸੇਮ ਥਿੰਗ, ਯੋਗਾ ਹੈਲਪਸ ਯੂ ਫਿਜ਼ੀਕਲੀ ਐਂਡ ਆਲਸੋ ਇਮੋਸ਼ਨਲੀ ਐਜ਼ ਵੈਲ। ਸੋ ਟੈਲ ਮੀ ਮੋਰ ਅਬਾਊਟ ਇਟ, ਮਨਪ੍ਰੀਤ, ਕਿ ਜਦੋਂ ਤੁਸੀਂ ਯੂ ਟਾਕਿੰਗ ਅਬਾਊਟ ਸਕਾਰ ਹੇਅਰ, ਹਾਂਜੀ, ਸੋਲ ਵਿਦ ਅ ਸਕਾਰ, ਸੋ ਇਫ ਯੂ ਥਿੰਕ ਅਬਾਊਟ ਇਟ, ਸਕਾਰ ਮਤਲਬ ਕੋਈ ਜ਼ਖਮ, ਹਾਂਜੀ, ਟਰੋਮਾ, ਐਂਡ ਅਗਰ ਉਹ ਟਰੋਮਾ ਜਾਂ ਜ਼ਖਮ ਕਿਸੇ ਨੇ ਸਿਆ ਹੋਏ ਤੇ ਉਹਨੂੰ ਕੀ ਕਰਨਾ ਚਾਹੀਦਾ ਕਿ ਮਤਲਬ ਇੰਟਰੋਸਪੈਕਟ ਕਰਕੇ ਪਹਿਲੇ ਆਪਣੇ ਆਪ ਨੂੰ ਹੀਲ, ਜਿਸ ਤਰ੍ਹਾਂ ਅਸੀਂ ਕੱਲ੍ਹ ਵੀ ਐਕਚੁਅਲੀ ਸ਼ੋਅ 'ਤੇ ਜ਼ਿਕਰ ਕਰ ਰਹੇ ਸੀ ਕਿ ਅਗਰ ਸਕਾਰ ਤੁਹਾਡੇ ਹਿਸਾਬ ਨਾਲ, ਸਕਾਰਸ ਨਾਲ ਸਾਰੇ ਚੱਲੀ ਜਾ ਰਹੇ ਹਾਂ, ਦੌੜ ਰਹੇ ਹਾਂ, ਤਾਂ ਉਹਨਾਂ ਦੀ ਪ੍ਰੋਡਕਟਿਵਿਟੀ ਅੱਛੀ ਨਹੀਂ ਹੈ। ਹਾਂਜੀ, ਸੋ ਐਕਚੁਅਲੀ ਐਂਸਰ ਦੇਵਾਂਗੀ, ਪਰ ਐਂਸਰ ਤੋਂ ਪਹਿਲਾਂ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ। ਸੋ ਇਮੈਜਿਨ ਕਰੋ, ਤੁਸੀਂ ਐਕਚੁਅਲੀ ਮੈਦਾਨ ਵਿੱਚ ਖੜ੍ਹੇ ਹੋ, ਰਾਈਟ, ਐਂਡ ਭੱਜਣਾ ਚਾਹ ਰਹੇ ਹੋ, ਤੁਸੀਂ ਦੌੜਨਾ ਚਾਹੁੰਦੇ ਹੋ, ਪਰ ਐਟ ਦ ਸੇਮ ਟਾਈਮ ਤੁਸੀਂ ਬਹੁਤ ਜ਼ਿਆਦਾ ਬਲੋਕਸ ਕੈਰੀ ਕਰ ਰਹੇ ਹੋ ਆਪਣੇ ਸ਼ੋਲਡਰ 'ਤੇ, ਸ਼ੋਲਡਰ 'ਤੇ ਤੁਸੀਂ ਆਪਣੇ ਬੈਗ ਵਗੈਰਾ ਫੜੇ ਨੇ, ਝੋਲੇ ਫੜੇ ਨੇ, ਝੋਲੇ ਵਿੱਚ ਬਹੁਤ ਜ਼ਿਆਦਾ ਹੈਵੀ ਪੱਥਰ ਪਏ ਨੇ, ਰਾਈਟ? ਸੋ ਉਹ ਪੱਥਰ ਨੂੰ ਤੁਸੀਂ ਸਮਝ ਲਓ ਤੁਹਾਡੇ ਸਕਾਰਸ ਨੇ ਪੂਰੀ ਜ਼ਿੰਦਗੀ ਦੇ, ਰਾਈਟ? ਬਚਪਨ ਦੇ ਹੋ ਗਏ, ਜਵਾਨੀ ਦੇ ਹੋ ਗਏ, ਜਾਂ ਫਿਰ, ਯੂ ਨੋ, ਐਨੀ ਸਕਾਰਸ ਦਾ ਯੂ ਹੈਵ, ਸੋ ਪੂਰਾ ਬੈਗੇਜ ਲੈ ਕੇ ਅਸੀਂ ਤੁਰ ਰਹੇ ਹਾਂ। ਹਾਂਜੀ, ਸੋ ਪੂਰਾ ਬੈਗੇਜ ਲੈ ਕੇ ਤੁਸੀਂ ਤੁਰ ਰਹੇ ਹੋ, ਰਾਈਟ? ਕਿੰਨੀ ਦੂਰ ਦੌੜ ਲਓਗੇ? ਹਾਂਜੀ, ਕਿੰਨੀ ਦੂਰ ਤੁਸੀਂ ਦੌੜ ਲੱਗੇ? ਇੱਕ ਤੁਸੀਂ ਬਹੁਤ ਕੰਫਿਊਜ਼ ਹੋ, ਰਾਈਟ? How can you make a decision when you're so, so heavy? Tired. Yeah, so tired. Ek to frustrated ho gaye ho ke inna bojh le rahe hai main zindagi vich, right? Hun main ki karan? So imagine tusi pause karo and ek ek karke tusi oh jo rock tu hi carry kar rahe ho, back extra carry kar rahe ho, right? Unnu release karna shuru kar do, oh scars nu release karna shuru kar do, tusi bahut zyada free ho jaoge, tusi light mehsoos karoge and mentally light mehsoos karoge, emotionally light, you know, mehsoos karoge and physically too. ਸੋ ਇਮੈਜਿਨ, ਫਿਰ ਤੁਸੀਂ, ਯੂ ਨੋ, ਡਿਸਾਈਡ ਕਰ ਸਕਦੇ ਹੋ ਕਿ ਕਿਹੜਾ ਰਸਤਾ ਮੇਰੇ ਵਾਸਤੇ, ਮੈਂ ਕਿੰਨੀ ਦੂਰ ਭੱਜਣਾ ਹੈ, ਕਿਹੜੇ ਰਸਤੇ ਵਿੱਚ ਭੱਜਣਾ ਹੈ। ਦੈਟਸ ਵੰਡਰਫੁਲ, ਐਕਚੁਅਲੀ ਦਸ ਐਨ ਐਨਾਲੋਜੀ ਇਜ਼ ਵੈਰੀ ਗੁੱਡ, ਕਿਉਂਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਮੈਂ ਵੀ ਮੈਨੂੰ ਕਹਿ ਰਹੇ ਸੀ ਕਿ ਕਈ ਵਾਰੀ ਅਸੀਂ ਉਹਨੂੰ ਡਿਨਾਇਲ ਜਾਂ ਇਗਨੋਰ ਦੇ ਵਿੱਚ ਸੋਚਦੇ ਹਾਂ ਹੋ ਜਾਏਗਾ ਆਪੇ ਠੀਕ ਹੋ ਜਾਏਗਾ, ਐਂਡ ਜਿਸ ਤਰ੍ਹਾਂ ਮੈਂ ਕਹਿ ਰਹੀ ਸੀ ਤੁਸੀਂ ਬੁੱਕਸ ਵਿੱਚ ਇਨ ਅ ਵੇ ਨੋਟ ਹਾਈਡ ਬਟ ਐਟਲੀਸਟ ਯੂ ਵਾਂਟਡ ਕਿ ਮੈਂ ਉਹਨੂੰ ਕਿਤੇ ਨਾ ਕਿਸੇ ਤਰ੍ਹਾਂ ਕਵਰ ਕਰ ਲਾਂਗੀ ਅਤੇ ਦੌੜ ਪਰ ਉਹ ਹਮੇਸ਼ਾ ਉੱਥੇ ਰਹੇਗਾ ਜਦ ਤੱਕ ਤੁਸੀਂ ਉਹਨੂੰ ਹੀਲ ਨਹੀਂ ਕਰ ਲੈਂਦੇ, ਰਾਈਟ? ਸੋ ਇਮੈਜਿਨ ਜੇ ਸਾਨੂੰ ਸੱਟ ਲੱਗਦੀ ਹੈ, ਰਾਈਟ, ਸਾਡੇ ਕੋਈ ਨਾਈਫ ਕੱਟ ਹੋ ਜਾਂਦਾ ਜਾਂ ਫਿਰ ਸਕ੍ਰੈਚ ਲੱਗ ਜਾਂਦਾ ਜਾਂ ਫਿਰ ਸਾਡੀ ਫਿਜ਼ੀਕਲ ਸਕਾਰ, ਹਾਂਜੀ, ਸੋ ਫਿਜ਼ੀਕਲ ਸਕਾਰ, ਜਿਵੇਂ ਸਾਡੀ ਕੋਈ, ਯੂ ਨੋ, ਬੋਨ ਬ੍ਰੇਕ ਹੋ ਗਿਆ, ਹੱਡੀ ਟੁੱਟ ਗਈ, ਅਸੀਂ ਡਾਕਟਰ 'ਤੇ ਜਾਂਦੇ ਹਾਂ, ਰਾਈਟ? ਅਸੀਂ ਉਹਨੂੰ ਲੁਕੋ ਤਾਂ ਨਹੀਂ ਲੈਂਦੇ ਹੈਗੇ, ਯੂ ਨੋ, ਪਿੱਲੋ ਥੱਲੇ ਜਾਂ ਫਿਰ ਬਲੈਂਕਟ ਥੱਲੇ, ਅਸੀਂ ਡਾਕਟਰ 'ਤੇ ਜਾਂਦੇ ਹਾਂ ਕਿ ਮੇਰੇ ਸੱਟ ਲੱਗੀ, ਤੁਸੀਂ ਪਲੀਜ਼ ਇਹਨੂੰ ਹੀਲ ਕਰ ਦਿਓ, ਰਾਈਟ? ਸੋ ਜਿਹੜੇ ਸਾਡੀ ਰੂਹ ਦੀਆਂ ਸੱਟਾਂ ਨੇ ਉਹਦੇ ਵਾਸਤੇ ਅਸੀਂ ਕੁਛ ਨਹੀਂ ਕਰਦੇ ਹੈਗੇ, ਉਹਨੇ ਸਿਰਫ ਛੁਪਾ ਕੇ ਰੱਖੀ ਦਾ ਅੰਦਰ, ਰਾਈਟ? ਸੋ ਦੈਟਸ ਦ ਮੀਨਿੰਗ ਬਿਹਾਈਂਡ ਦ ਟਾਈਟਲ ਆਫ ਦ ਬੁੱਕ, ਇਹੀ ਬੁੱਕ ਦਾ ਟਾਈਟਲ ਮੀਨਿੰਗ ਹੈ।
ਸਕਾਰ ਦਾ ਇੱਥੋਂ ਇਹੀ ਸੇਮ ਐਗਜ਼ਾਮਪਲ ਆਈ ਕਿ ਸਾਡੇ ਸਰੀਰ 'ਤੇ ਕਈ ਸਕਾਰ ਹੁੰਦੇ ਨੇ, ਅਸੀਂ ਪੂਰੀ ਜ਼ਿੰਦਗੀ Clear scar on your face. So I have a scar and people have scars too. So we spend our entire life, you know, healing these scars, you know, cream lagan waste puri zindagi la dene hai surgery karane haan ji mit jaye par kadi apne andar de scars nahi dekhde hai ki oh kai chotan ne hade roo vich vi lagiyan ne par ahi kehne ki koi gal nahi himmat dikhao agge vadde jao himmat dikhao agge vadde jao par kis you know until what limit right so sari dod kithe tak jayegi let's see ki keh rahe ne sare hello hello satrikar ji satrikar jaspreet haan ji thank you satrikar manpreet ji satrikar jaspreet ji kya hal hai bahut vadhiya main tuhanu kahangi bahut acche vichar hege aa te jis tarah arvind ji da show mera favorite hega te ਤੁਸੀਂ ਆਪਣੇ ਡ੍ਰੀਮਸ ਫਾਲੋ ਕੀਤੇ ਆ ਤੇ ਵਧਾਈ ਦੇ ਪਾਤਰ ਹੈਗੇ ਹੋ ਤੇ ਆਈ ਰੀਲੀ ਕਮੈਂਡ ਇਨੀ ਯੰਗ ਏਜ ਦੇ ਵਿੱਚ ਜੋ ਇਹ ਕਿਤਾਬ ਲਿਖੀ ਆ ਮੈਨੂੰ ਵੀ ਟਾਈਟਲ ਬਹੁਤ ਪਸੰਦ ਆਇਆ ਥੈਂਕ ਯੂ ਸੋ ਮਚ ਜਸਪ੍ਰੀਤ ਜੀ ਤੁਸੀਂ ਬਹੁਤ ਸਾਰੇ ਯੰਗ ਪੀਪਲ ਨੂੰ ਐਂਡ ਅਦਰ ਇਨਸਪਾਇਰ ਕਰੋਗੇ ਮੋਟੀਵੇਟ ਕਰੋਗੇ ਤੇ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਤੁਹਾਡੀ ਖੁਸ਼ੀ ਜਿਹੜੀ ਆ ਨਾ ਅੰਦਰ ਲੱਭੋ ਤੇ ਮੈਂ ਵੀ ਲਾਈਕ ਸਿਮਰਨ ਮੈਡੀਟੇਸ਼ਨ ਆਈ ਬਲੀਵ ਸਟਰੋਂਗਲੀ ਬਈ ਅੰਦਰਲੀ ਖੁਸ਼ੀ ਇਜ਼ ਵਾਟਸ ਰੀਲੀ ਇੰਪੋਰਟੈਂਟ ਤੇ ਆ ਜਿਹੜੇ ਉਮਰ ਹੁੰਦੀ ਆ ਨਾ ਬੱਚਿਆਂ ਦੀ 11 ਤੋਂ 18 ਸਾਲ ਜਦੋਂ ਟੀਨੇਜਰ ਹੁੰਦੇ ਆ ਇਸ ਕੰਟਰੀ ਮੈਂ ਕਹਾਂਗੀ ਪੇਰੈਂਟਸ ਨੀਡ ਟੂ ਕਨੈਕਟ ਸੋਸ਼ਲੀ ਆਲਸੋ ਆਪਣੇ ਬੱਚਿਆਂ ਨਾਲ ਹਾਂਜੀ ਯਾ ਯੂ ਆਰ ਰਾਈਟ ਤੇ ਇੰਟਰਸਟ ਹੋਰ ਪੜ੍ਹਾਈ ਦੇ ਇਲਾਵਾ ਕੀ ਤੁਹਾਡੇ ਇੰਟਰਸਟ ਹਾਂਜੀ ਬੱਚਾ ਕਿਹੜੇ ਇੰਟਰਸਟ ਰੱਖਦਾ ਹੈਗਾ ਜਿਹੜੇ ਮੂਵੀਜ਼ ਹੋ ਸਕਦਾ ਡਾਂਸ ਹੋ ਸਕਦਾ ਜਾਂ ਕੋਈ ਵੀ ਐਕਸਪ੍ਰੈਸ਼ਨ ਜਿਹਦੇ ਰਾਹੀਂ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਣ ਹਾਂਜੀ ਕਿਉਂਕਿ ਜਸਪ੍ਰੀਤ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਅਸੀਂ ਬੱਚਿਆਂ ਨੂੰ ਚੋਟ ਹੀ ਨਾ ਲੱਗੇ ਇਹ ਸ਼ਾਇਦ ਬਹੁਤ ਮੁਸ਼ਕਿਲ ਹੋਏਗਾ ਬਟ ਦੇ ਆਰ ਇਕੁਇਪਡ ਕਿ ਉਹ ਚੋਟ ਨੂੰ ਕਿਸ ਤਰ੍ਹਾਂ ਡੀਲ ਕਰਨ ਆਈ ਥਿੰਕ ਪੇਰੈਂਟਸ ਦਾ ਥੋੜ੍ਹਾ ਜਿਹਾ ਉਹਦੇ 'ਚ ਜ਼ਰੂਰ ਰੋਲ ਆਉਂਦਾ ਕਿ ਜਿਸ ਤਰ੍ਹਾਂ ਯੂ ਨੋ ਮਨਪ੍ਰੀਤ ਕਹਿ ਰਹੀ ਸੀ ਕਿ ਹਰ ਵੇਲੇ ਨਾ ਰਾਤ ਨੂੰ ਪੁੱਛੋ ਬੱਚਿਆਂ ਨੂੰ ਅੱਜ ਦਿਨ ਕਿਹਸਾ ਰਿਹਾ ਭਾਵੇਂ ਉਹ ਕੋਈ ਚੀਜ਼ ਹਾਈਡ ਵੀ ਕਰਨਗੇ ਤੁਹਾਨੂੰ ਇਲਮ ਹੋਏਗਾ ਤੁਹਾਨੂੰ ਅਹਿਸਾਸ ਹੋਏਗਾ ਕਿ ਬੱਚੇ ਦੀ ਜ਼ਿੰਦਗੀ 'ਚ ਕੀ ਚੱਲ ਰਿਹਾ ਤੁਸੀਂ ਠੀਕ ਕਹਿੰਦੇ ਹੋ ਬਈ ਸੁਣਨਾ ਬਹੁਤ ਜ਼ਰੂਰੀ ਹੈ ਜੋ ਕਹਿ ਰਿਹਾ ਜਸਟ ਬੀ ਅ ਲਿਸਨਰ ਗੁੱਡ ਲਿਸਨਰ ਤੇ ਉਹ ਟਾਈਮ ਕ੍ਰੀਏਟ ਕਰਨਾ ਪੈਂਦਾ ਬੱਚੇ ਨਾਲ ਲੱਭਣਾ ਪੈਂਦਾ ਉਹ ਚੀਜ਼ ਉਹ ਟਾਈਮ ਬਹੁਤ ਜ਼ਰੂਰੀ ਟਾਈਮ ਹੈਗਾ ਥੈਂਕ ਯੂ ਸੋ ਮਚ ਜਸਪ੍ਰੀਤ ਤੁਸੀਂ ਇਹਨੂੰ ਵੈਲਕਮ ਕਰ ਰਹੇ ਹੋ ਐਂਡ ਹੌਸਲਾ ਅਫਜ਼ਾਈ ਕਰ ਰਹੇ ਹੋ ਥੈਂਕ ਯੂ ਇਨ ਯੋਰ ਫਿਊਚਰ ਵਦ ਫਿਊਚਰ ਰਾਈਟਿੰਗਸ ਆਲਸੋ ਥੈਂਕ ਯੂ ਸੋ ਮਚ ਤੁਹਾਡਾ ਕਾਲ ਕਰਨ ਲਈ ਥੈਂਕ ਯੂ ਸੋ ਮਚ ਜਸਪ੍ਰੀਤ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਹੈਲੋ ਹੈਲੋ ਹਾਂਜੀ ਸੁਦਰਸ਼ਨ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਬੇਟਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਬਿਲਕੁਲ ਠੀਕ ਹੈ ਆਮ ਵੈਰੀ ਪ੍ਰਾਊਡ ਆਫ ਯੂ ਥੈਂਕ ਯੂ ਸੋ ਮਚ ਥੈਂਕ ਯੂ ਤੁਹਾਡੀ ਬੁੱਕ ਦਾ ਸ਼ੀਰਸ਼ਕ ਕੀ ਹੈ ਸੋ ਬੁੱਕ ਦਾ ਮੈਸੇਜ ਇਹ ਵੀ ਕਿ ਸਾਡੇ ਫਿਜ਼ੀਕਲ ਬਾਡੀ ਤੇ ਕਈ ਸੱਟਾਂ ਲੱਗਦੀਆਂ ਨੇ ਅਸੀਂ ਉਹ ਸਾਰਾ ਸੁਣਦੇ ਹਾਂ ਮੈਂ ਕਿਹਾ ਬਿਗੇਸਟ ਸਕਾਰ ਟਾਈਟਲ ਪੁੱਛ ਰਹੇ ਤੇ ਪੜ੍ਹ ਰਹੇ ਸੀ ਕੀ ਹੈ ਨਾਮ ਕੀ ਹੈ ਬੁੱਕ ਦਾ ਉਹ ਨਾਮ ਹੈ ਦ ਸੋਲ ਵਿਦ ਦ ਸਕਾਰ ਐਮਾਜ਼ਨ ਤੇ ਅਵੇਲੇਬਲ ਹੈ ਸੁਦਰਸ਼ਨ ਜੀ ਹੈ ਅੱਛਾ ਅੱਛਾ ਹਾਂਜੀ ਬੜੀ ਬਿਊਟੀਫੁਲ ਬੁੱਕ ਹੈ ਮੈਂ ਵੀ ਬੈਠੇ ਬੈਠੇ ਸੋਚ ਰਹੀ ਸੀ ਮੈਂ ਕਿਹਾ ਜਿਸ ਤਰ੍ਹਾਂ ਦਾ ਇਸ ਬੱਚੇ ਨੇ ਲਿਖਿਆ ਇਹਦੀ ਤੇ ਉਹਦਾ ਹੋਣਾ ਚਾਹੀਦਾ ਸ਼ੀਰਸ਼ਕ ਦੌੜ ਹਾਂ ਸ਼ੀਰਸ਼ਕ ਕੀ ਹੋਣਾ ਚਾਹੀਦਾ ਬਹੁਤ ਅੱਛਾ ਬਹੁਤ ਹੀ ਅੱਛੇ ਵਿਚਾਰ ਨੇ ਔਰ ਇੰਨੀ ਛੋਟੀ ਜਿਹੀ ਲਾਈਫ ਦੇ ਵਿੱਚ ਤੁਸੀਂ ਇੰਨਾ ਕੁਝ ਸੋਚਿਆ ਤੁਹਾਨੂੰ ਸ਼ਾਇਰਾ ਹੋਣਾ ਚਾਹੀਦਾ ਹਾਂ ਹੈਗੀ ਹੈ ਜੀ ਸ਼ਾਇਰਾ ਇਹ ਪੋਇਟਿਕ ਪੋਇਟਰੀ ਦੀ ਫੋਰਮ ਵਿੱਚ ਹੀ ਹੈ ਵੈਰੀ ਗੁੱਡ ਵੈਰੀ ਆਈ ਵਿਲ ਟ੍ਰਾਈ ਟੂ ਰੀਡ ਮੈਨੂੰ ਇਹ ਭਗਵਾਨ ਨੇ ਟੈਲੈਂਟ ਨਹੀਂ ਦਿੱਤਾ ਲਿਖਣ ਦਾ ਲੇਕਿਨ ਮੈਨੂੰ ਪੜ੍ਹਨ ਦਾ ਉਹਨੇ ਬਹੁਤ ਟੈਲੈਂਟ ਦੇ ਦਿੱਤਾ ਹਾਂਜੀ ਹਾਂਜੀ ਤੇ ਤੁਹਾਡੀ ਵਾਸਤੇ ਮੈਂ ਚੰਦ ਲਾਈਨਾਂ ਪੇਸ਼ ਕਰ ਰਹੀ ਹਾਂ ਮਨਪ੍ਰੀਤ ਮਨਪ੍ਰੀਤ ਹੈ ਨਾ ਤੁਹਾਡਾ ਹਾਂਜੀ ਹਾਂਜੀ ਮੈਂ ਸੁਣ ਰਹੀ ਹਾਂ ਚੰਦ ਲਾਈਨਾਂ ਸੁਣੋ ਕਿ ਤੂੰ ਆਪਣੀ ਖੂਬੀਆਂ ਢੂੰਡ ਕਮੀਆਂ ਨਿਕਾਲਨੇ ਕੇ ਲਈ ਲੋਕ ਹੈ ਯਾ ਅਗਰ ਰੱਖਣਾ ਹੀ ਹੈ ਤਾਂ ਕਦਮ ਆਗੇ ਰੱਖ ਪਿੱਛੇ ਖਿੱਚਣੇ ਕੇ ਲਈ ਲੋਕ ਹੈ ਵਾਓ ਸੁਪਨੇ ਦੇਖਨੇ ਹੈ ਤਾਂ ਉੱਚੇ ਦੇਖ ਨੀਚਾ ਦਿਖਾਨੇ ਕੇ ਲਈ ਲੋਕ ਹੈ ਆਪਣੇ ਅੰਦਰ ਜਨੂਨ ਕੀ ਚਿੰਗਾਰੀ ਭੜਕਾ ਜਲਨੇ ਕੇ ਲਈ ਲੋਕ ਹੈ ਅਗਰ ਬਨਾਨੀ ਹੈ ਤਾਂ ਯਾਦੇ ਬਣਾ ਬਾਤੇ ਬਨਾਨੇ ਕੇ ਲਈ ਲੋਕ ਹੈ ਪਿਆਰ ਕਰਨਾ ਹੈ ਤਾਂ ਖੁਦ ਸੇ ਕਰ
दुश्मनी करने के लिए लोग हैं। वाओ ब्यूटीफुल, वेरी वेल सेड, बड़े रैंड टाइम ते थोनू याद आया सुदर्शन जी, थैंक यू सो मच फॉर दैट। थैंक यू सो मच फॉर द थैंक यू। बिल्कुल वही ना जिवें सुदर्शन जी याद करा रहे ने कि अपने दे असी मित्र बनना बहुत जरूरी है, जिवें तुसीं कहा कि अपने पहले किसी होर नू कहांगे, पेरेंट्स नू कहांगे सपोर्ट मी इन दिस, वी नीड टू बी श्योर अबाउट व्हाट वी वांट। सो ओ ताई होएगा भी दुनिया बैठी है क्रिटिसाइज करन नू, दुनिया बैठी है जलन नू, दुनिया थले खिंचन नू बैठी है, बट यू नो, पर जिहदी दुनिया सुदर्शन जी वर्गी जसप्रीत वर्गी हो जाए जिहड़े हौसला अफजाई करन ते फिर खुद नूं उस कंपनी विच इनवॉल्व करोगे जिहड़े हमेशा तुहानूं नैगेटिविटीज खांदे ने, हमेशा तुहानूं थल्ले खिंचदे ने, फिर तुसीं कैसे उभर के आओगे, राइट। सो जे तुसीं जिंदगी विच कुछ करना चाहुंदे हो, तुसीं इहो जे ग्रुप नाल इनवॉल्व होवो, चाहे ਭਾਵੇਂ ਤੁਹਾਡੇ ਫਰੈਂਡਸ ਹੋ ਗਏ, ਭਾਵੇਂ ਤੁਹਾਡੇ ਉਹ ਫੈਮਿਲੀ ਸਰਕਲ ਹੋ ਗਿਆ, ਜੋ ਆਪਣੀ ਜ਼ਿੰਦਗੀ ਵਿੱਚ ਆਲਰੇਡੀ ਕੁਛ ਕਰ ਰਹੇ ਨੇ ਐਂਡ ਬਹੁਤ ਪੋਜ਼ਿਟਿਵ ਮਾਇੰਡ ਸੈਟ ਹੈ ਉਹਨਾਂ ਦਾ, ਕਿਉਂਕਿ ਜੇ ਉਹ ਪੋਜ਼ਿਟਿਵ ਨੇ ਫਿਰ ਤੁਸੀਂ ਉਹਨਾਂ ਕੋਲ ਪੋਜ਼ਿਟਿਵਿਟੀ ਸਿੱਖੋਗੇ, ਰਾਈਟ। ਸੋ ਜੇ ਉਹ ਕੁਛ ਮੰਜ਼ਿਲ ਹਾਸਲ ਕਰ ਰਹੇ ਨੇ ਆਪਣੀ ਜ਼ਿੰਦਗੀ ਵਿੱਚ, ਤੁਹਾਨੂੰ ਫਿਰ ਉਹੀ ਸਿੱਖਿਆ ਮਿਲੇਗੀ। ਮਨਪ੍ਰੀਤ, ਕਈ ਵਾਰੀ ਇਹਦੇ ਵਿੱਚ ਮੈਨੂੰ ਨੈਗੇਟਿਵ ਪੋਜ਼ਿਟਿਵ ਦੀ ਗੱਲ ਕਰਨ ਵੇਲੇ ਲੱਗਦਾ ਕਿ ਕਦੀ ਤੁਹਾਡੀ ਚੋਇਸ ਨਹੀਂ ਹੈ, ਤੁਸੀਂ ਫਰੈਂਡਸ ਚੂਜ਼ ਕਰ ਸਕਦੇ ਹੋ, ਤੁਸੀਂ ਯੂ ਨੋ ਮੋਰ ਔਰ ਲੈਸ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਫਿਰ ਵੀ ਚੂਜ਼ ਕਰਦੇ ਵੀ ਮੈਂ ਇਹਦੇ ਨਾਲ ਰੱਖਣੀ ਹੈ। ਹਾਂਜੀ, ਸਮ ਟਾਈਮਸ ਯੂਰ ਇਮੀਡੀਏਟ ਪਾਰਟਨਰਸ, ਯੂਰ ਪੇਰੈਂਟਸ, ਯੂਰ ਯੂ ਨੋ ਸਮਬਡੀ ਯੂ ਕੈਨੋਟ ਰਨ ਅਵੇ ਫਰੋਮ। ਹਾਂਜੀ ਹਾਂਜੀ, ਉਹ ਜਦੋਂ ਬਹੁਤ ਨੈਗੇਟਿਵ ਹੁੰਦੇ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਵਾਟ ਇਜ਼ ਯੂਰ ਸਟਰੈਂਥ, ਕਿਸ ਤਰ੍ਹਾਂ ਫਿਰ ਤੁਸੀਂ ਵਾਪਸ ਆਪਣੇ ਆਪ ਨੂੰ? ਹਾਂਜੀ, ਆਈ ਥਿੰਕ ਦੈਟਸ comes down to you know how you see yourself in you know in your own eyes. Tusi khud nu kaive dekhde ho, you know tu shishe vich jidu apne aap nu dekhde ho, right, tusi kis tarah dekhde ho, right? So bakiyan nu tusi nahi change kar sakde hage, tusi tada pehla maqsad hona chahiye tusi khud nu kaive change karo. So je tusi khud nu change karoge, khud nu positive banaoge, I think tadi environment khud hi change ho jandi hai, right? Agla banda dekhega tada pehle vi answer jada tusi keh rahe si na ki baro na labhi, yeah, ਜਦੋਂ ਅੰਦਰੋਂ ਲੱਭਾਂਗੇ ਫਿਰ ਸਾਰਾ ਕੁਛ ਸੋਹਣਾ ਹੀ ਲੱਗੇਗਾ। ਤਾਂ ਇੱਕ ਪੋਇਮ ਹੈ ਤੁਹਾਡੀ ਜਿਹੜੀ ਬੜੀ ਵਧੀਆ ਹੈ, ਮੈਂ ਬਾਅਦ ਵਿੱਚ ਸ਼ੇਅਰ ਵੀ ਕਰਦੀ ਹਾਂ ਹੁਣੇ। ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਯੂ ਡੋਂਟ ਗੋ ਐਨੀਵੇਅਰ ਐਂਡ ਸਟੇ ਟਿਊਨਡ। ਸਾਰਿਆਂ ਦਾ ਫਿਰ ਸਵਾਗਤ ਹੈ, ਗੱਲ ਹੋ ਰਹੀ ਹੈ ਸੋ ਦ ਸੋਲ ਵਿਦ ਅ ਸਕਾਰ। ਮਨਪ੍ਰੀਤ, ਅਸੀਂ ਗੱਲ ਕਰ ਰਹੇ ਸੀ ਸਕਾਰਸ ਦੀ, ਯੂ ਨੋ ਇੱਕ ਤਰ੍ਹਾਂ ਨਾਲ ਟਰੋਮਾ ਇੰਜਰੀ। ਡੂ ਯੂ ਥਿੰਕ ਯੂ ਵੀ ਟਾਕ ਸੋ ਮਚ ਅਬਾਊਟ ਕਿ ਉਹਨੂੰ ਓਵਰਕਮ ਕਰਨਾ ਹੈ, ਪਰ ਜਿਵੇਂ ਤੁਹਾਡੀ ਤੁਸੀਂ ਬੁੱਕ ਲਿਖੀ, ਤੁਸੀਂ ਮੈਨੂੰ ਦੱਸ ਰਹੇ ਸੀ, ਟੈਲ ਮੀ ਹਿਅਰ ਮੋਰ ਅਬਾਊਟ ਕਿ ਕਿਸ ਤਰ੍ਹਾਂ ਇਹ ਬੁੱਕ ਕਿਸ ਤਰ੍ਹਾਂ ਲਿਖੀ ਔਰ ਕਿੰਨੀ ਦੇਰ 'ਚ ਲਿਖੀ? ਸੋ ਇਹ ਬੁੱਕ ਐਕਚੁਲੀ ਮੈਂ ਨਵੰਬਰ ਵਿੱਚ ਲਿਖਣੀ ਸ਼ੁਰੂ ਕੀਤੀ, ਆਪਣੀ ਪਹਿਲੀ ਬੁੱਕ ਮੈਂ ਜੁਲਾਈ ਵਿੱਚ ਲਿਖਣੀ ਸ਼ੁਰੂ ਕੀਤੀ, ਸੋ ਜੁਲਾਈ ਤੋਂ ਅਕਤੂਬਰ ਵਿੱਚ ਉਹ ਮੈਂ ਲਿਖੀ, ਪਰ ਅਜੇ ਤੱਕ ਉਹ ਪਬਲਿਸ਼ ਨਹੀਂ ਕੀਤੀ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਮੈਂ ਹੋਰ ਥੋੜ੍ਹਾ ਰਿਸਰਚ ਕਰਾਂ ਉਸਨੂੰ ਲਿਖਣ ਤੋਂ ਬਾਅਦ, ਉਸ ਤੋਂ ਲਿਖਣ ਤੋਂ ਪਹਿਲਾਂ। ਐਂਡ ਨਵੰਬਰ ਵਿੱਚ ਮੈਂ ਬਹੁਤ ਉਦਾਸ ਸੀ, ਮੈਂ ਕਿਹਾ ਬੁੱਕ ਲਿਖ ਰਹੀ ਸੀ ਹੁਣ ਮੈਂ ਕੀ ਕਰਾਂ ਅੱਗੇ ਜਾ ਕੇ, ਰਾਈਟ। ਸੋ ਆਈ ਲਵਡ ਵਾਟ ਯੂ ਟੋਲਡ ਮੀ ਕਿ ਤੁਸੀਂ ਆਪਣੇ ਆਪ ਨੂੰ ਗਿਫਟ ਦੇਣਾ ਚਾਹੁੰਦੇ ਸੀ। ਯਾ, ਸੋ ਐਕਚੁਅਲੀ ਮੇਰਾ ਇੱਕ ਲਕਸ਼ ਸੀ ਕਿ ਮੈਂ ਖੁਦ ਨੂੰ 25 ਬਰਥਡੇ 'ਤੇ ਇੱਕ ਕਿਤਾਬ ਦੇਵਾਂ। ਸੋ ਮੇਰਾ ਜਨਮਦਿਨ ਸੀ ਦਸੰਬਰ ਵਿੱਚ, ਦਸੰਬਰ 4, ਐਂਡ ਮੈਂ ਸੋਚ ਕੇ ਲਿਖਿਆ ਸੀ ਡਾਇਰੀ ਵਿੱਚ ਕਿ ਮੈਂ ਇੱਕ ਕਿਤਾਬ ਗਿਫਟ ਜ਼ਰੂਰ ਕਰਨੀ ਹੈ, ਰਾਈਟ। ਸੋ ਉਹ ਮੈਂ ਸ਼ੁਰੂ ਲਿਖਣੀ ਸ਼ੁਰੂ ਕੀਤੀ, ਹੋਈ ਨਹੀਂ, ਮੈਂ ਬਹੁਤ ਉਦਾਸ ਹੋ ਗਈ, ਮੈਂ ਕਿਹਾ ਹੁਣ ਮੈਂ ਕੀ ਕਰਾਂ, ਕਿਤਾਬ ਦੇਣੀ ਦੇਣੀ ਹੈ, ਰਾਈਟ। ਉਹ ਤਾਂ ਹੁਣ ਮੈਂ ਰਿਮੂਵ ਨਹੀਂ ਕਰ ਸਕਦੀ ਹੈਗੀ ਆਪਣੀ ਗੋਲਸ ਡਾਇਰੀ ਵਿੱਚੋਂ, ਕਿਉਂਕਿ ਮੇਰਾ ਇੱਕ ਗੋਲ ਸੀ। ਐਂਡ ਉਸ ਤੋਂ ਬਾਅਦ ਮੈਂ ਕਿਹਾ ਹੁਣ ਮੈਂ ਕੀ ਕਰਾਂ। ਸੋ ਉਸ ਉਦਾਸੀ ਵਿੱਚ, ਰਾਈਟ, ਕੁਛ ਚੀਜ਼ਾਂ ਮੈਨੂੰ ਯਾਦ ਆਉਣ ਲੱਗ ਪਈ ਆਪਣੀ ਜ਼ਿੰਦਗੀ ਵਿੱਚ, ਜ਼ਿੰਦਗੀ ਬਾਰੇ। ਸੋ ਮੈਂ ਕਿਹਾ ਯੂ ਨੋ, ਇੰਨੀਆਂ ਚੀਜ਼ਾਂ ਮੈਂ ਆਪਣੇ ਸੋਲ ਉੱਤੇ ਕੈਰੀ ਕਰ ਰਹੀ ਹਾਂ, ਰਾਈਟ, ਇੰਨੀਆਂ ਜ਼ਖਮ ਹੋ ਗਏ ਜਾਂ ਫਿਰ ਟਰਾਮਾਸ ਹੋ ਗਈਆਂ ਜੋ ਜੋ ਜ਼ਿੰਦਗੀ ਵਿੱਚ ਅਸੀਂ ਯੂ ਨੋ ਫੇਸ ਕਰਨੀ ਹੈ, ਰਾਈਟ। ਸੋ ਉਸ ਬਾਰੇ ਮੈਂ ਲਿਖਣਾ ਸ਼ੁਰੂ ਕਰ ਦਿੱਤਾ, ਐਂਡ 7 ਦਿਨ ਲਿਖਿਆ, ਦਿਨ ਲਿਖਿਆ, ਰਾਤ ਨੂੰ ਲਿਖਿਆ, ਸਿਰਫ ਲਿਖਿਆ, ਹੋਰ ਕੁਛ ਨਹੀਂ ਲਿਖਿਆ ਹੈਗਾ। ਐਂਡ 8ਵੇਂ ਦਿਨ ਮੈਂ ਉੱਠੀ, ਮੈਂ ਰਿਅਲਾਈਜ਼ ਕੀਤਾ ਕਿ ਪੂਰੀ ਕਿਤਾਬ ਹੋ ਗਈ ਹੈ। ਸੋ ਆਈ ਡਿਸਾਈਡ ਟੂ ਪਬਲਿਸ਼ ਇਟ, ਐਂਡ ਉਸ ਤੋਂ ਬਾਅਦ ਮੈਂ ਐਡਿਟ ਕਰਨੀ ਸ਼ੁਰੂ ਕਰ ਦਿੱਤੀ। ਦਿਸ ਬੁੱਕ ਐਂਡ ਦਿਸ ਇਜ਼ ਬਿਊਟੀਫੁਲ, ਇਟਸ ਲਾਈਕ ਇੰਜ ਲੱਗਦਾ ਕਿਸੇ ਦੇ ਦਿਲ ਦੀ ਆਵਾਜ਼ ਹੈ। ਹਾਂਜੀ, ਔਰ ਆਪਣੀ ਇੱਕ ਤਰ੍ਹਾਂ ਨਾਲ ਕਹਾਣੀ ਬੜੇ ਖੁੱਲ ਕੇ ਅੱਗੇ ਰੱਖੀ ਹੋਈ ਹੈ। ਹਾਂਜੀ, ਯੂ ਨੋ, ਵੈਰੀ ਵਨਰੇਬਲ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਯੂ ਨੋ ਇਹ ਸਾਰੇ ਜਿਹੜੇ ਇਨਾ ਵੇ ਤੁਹਾਨੂੰ ਹਰਡਲਸ ਆਏ, ਮੁਸ਼ਕਲਾਂ ਆਈਆਂ, ਟਫ ਟਾਈਮਸ ਆਏ, ਸੈਡ ਟਾਈਮਸ ਆਏ, ਕੁਛ ਲੈਣਾ ਦੇਣਾ ਹੈ ਉਹਦੇ ਨਾਲ ਕਿ ਤੁਸੀਂ ਕੁੜੀ ਹੋ, ਵੁਮੈਨ ਹੋ, ਗਰਲ ਹੋ, ਕੁੜੀ ਹੋ, ਇਸ ਜੈਂਡਰ ਦੇ ਵਿੱਚ ਜਨਮ ਲਿਆ ਹੈ, ਇਹਦਾ ਕੋਈ ਲੈਣਾ ਦੇਣਾ ਹੈ ਇਹਦੇ ਨਾਲ? ਹਾਂਜੀ, ਐਕਚੁਅਲੀ ਬਹੁਤ ਜ਼ਿਆਦਾ ਲੈਣਾ ਦੇਣਾ ਹੈ ਇਹਦਾ। ਰੀਅਲੀ? ਹਾਂਜੀ। ਸੋ ਯੂ ਥਿੰਕ ਇਟ ਇਜ਼ ਬਿਕੋਜ਼ ਯੂ ਵਰ ਅ ਗਰਲ, ਯੂ ਵੈਂਟ ਥਰੂ ਸੋ ਮਚ?
हाँ जी, बहुत ज़्यादा स्पेशली इन आर कल्चर, स्पेशली साडी कल्चर विच। मैं ये नहीं कहूँगी कि मुंडिया नूं प्रॉब्लम्स नहीं आंदियां हैगियां, मुंडिया नूं उन्हां दी फेयर शेयर ऑफ प्रॉब्लम्स जरूर आंदियां ने, सानूं भी आंदियां ने, पर साडी कल्चर विच औरतां नूं आई थिंक थोड़ी ज़्यादा आंदियां ने। स्पेशली उन्हां नूं कहा जाता है कि तुसीं यू नो घर पर बैठो, अपना पढ़ाई करो, नौकरी करो, इन उस तो बाद तुहाडे व्याह कर दे जाएगा, तुसीं फिर वाइफ बने हो, बच्चे पाले हो, एंड यही तुहाडी जिंदगी है, राइट। सो मैनूं लगता है कि कई साड़ियाँ होर भी तमन्ना होंदिया ने, राइट। सो हमेशा कुड़ियों की तमन्ना उन्हें दबा देना चाहिए, दबा के रखते हैं पेरेंट्स, और फिर सोसाइटी बहुत डरते हैं। आई थिंक माँ प्यो बहुत कुछ करना चाहते हैं अपनी कुड़ियों लिए, पर सोसाइटी बहुत ज़्यादा डरते हैं, राइट। सो मैं एग्जाम्पल देवांगी, जमें मेरे फ्रेंड्स हो गए, मेरे कजनस हो गए, वो कहते हैं कि कॉलेज जाके ही रही है, पर पेरेंट्स कहते हैं सोसाइटी की कहेगी कि मेरी कुड़ी कल जाके रह रही है उत्थे। हाँ जी, पढ़ने जान दें। हाँ जी, हाँ जी, दूर नहीं पढ़ने जा सकते कि हानू फलाना मर्जी लायक हुए। हाँ जी, मतलब अच्छे बड़े कॉलेज। हाँ जी, हाँ जी, हाँ जी। एंड एक एग्जाम्पल होगी, एक दूजी एग्जाम्पल होगी, तुम बाहर नहीं जाओगे, बाहर जाओगे तो ठोकर लगेगी, तुम कोई सट लग जाएगी, यू नो दुनियादारी तुम कुछ कर देगी। पर आई थिंक ये भी सोचना चाहिए कि जो कुछ बुरा होना है तो घर में भी हो सकता है, राइट। माँ प्यो हर लिए हमेशा चंगा ही चाहते हैं, स्पेशली कुड़ियों लिए, राइट, हमेशा उन्होंने शेल्टर करके रखना चाहते हैं। पर एट द सेम टाइम आई थिंक जो असी कुड़ियों को बाहर नहीं जान देवे, फिर कैसे सीखनगियां जिंदगी बारे, कैसे सीखनगियां, राइट। उन्होंने लेटर ऑन लाइफ सीखिया उही मिलती है, पर जो जिंदगी में पहले ही उन्होंने सिखाइए, उन्होंने कॉन्फिडेंस दिए, फियर ना करिए, राइट। हमेशा उन्होंने डर विच क्यों वड्डे करने हैं, राइट, कॉन्फिडेंस विच क्यों नहीं वड्डे करते कि बेटा। दैट्स वेरी इंटरेस्टिंग मनप्रीत, कि तुसी ये अगे लेके आ रहे हो कि किथे ते असी चाहते हैं डिग्रियां लैन, पढ़न लिखन, फाइनेंशियली स्टेबल हो जाए, पर होर जिहड़े एक्सपीरियंसिस हैं इन अ वे असी उन्हां तों वांझा रखते हैं, असी सोचते हैं कि नहीं प्रोटेक्ट कर रहे, बट बेसिकली असी ट्रेन भी नहीं होने दे रहे उन्हां नूं फॉर द लाइफ। सो तुहानूं लगता है कि यू नो कुड़ियां नूं खास तौर पर बड़ी बारी मैं सुनिया कि कोई भी इशू आंदा है ना तो उन्होंने लगता है कि चलो व्याह कर दो, अपने आप दूजा की प्रॉब्लम होएगी, इतने खत्म होगी। हाँ जी, हाँ जी। सो ओदे बारे की ख्याल है तुहाडा? आई थिंक बहुत ज़्यादा कुड़ियां फेस कर दियां ने कि एंड मैं भी किया, राइट, कि हुण चलो पढ़ाई हो गई है, हुण तुसीं जॉब कर रहे हो, ਹੁਣ ਵਿਆਹ ਕਰਦੀ ਹੈ, ਹੋਰ ਕੋਈ ਕੰਮ ਨਹੀਂ ਹੈਗਾ। ਦੈਟ ਵਾਸ ਮਾਈ ਕੁਐਸਚਨ, ਜਦੋਂ ਤੁਹਾਡੇ ਨਾਲ ਲੱਗਿਆ ਸੀ ਕਾਰਪੋਰੇਟ ਵਰਲਡ ਤੋਂ ਤੁਸੀਂ ਇੱਕ ਤਰ੍ਹਾਂ ਨਾਲ ਯੂ نو ਛੁੱਟੀ ਲਈ ਕਿ ਮੈਂ ਥੋੜਾ ਨਹੀਂ ਹੈ ਕਰਨਾ, ਉਸ ਵੇਲੇ ਕਿਸੇ ਨੇ ਇਹ ਨਹੀਂ ਕਿਹਾ ਵੀ ਵਿਆਹ ਕਰੋ ਤੇ ਚਲੋ ਗੱਲ ਖਤਮ ਹੋਈ? ਹਾਂਜੀ, ਇਹੀ ਸੋਚਦੇ ਨੇ ਸਾਰੇ, ਮੇਰੇ ਪਰਿਵਾਰ ਵਾਲੇ ਵੀ ਸੋਚਦੇ ਸੀ, ਆਈ ਥਿੰਕ ਸਾਰਿਆਂ ਦੇ ਪਰਿਵਾਰ ਵਾਲੇ ਸੋਚਦੇ ਨੇ, ਰਾਈਟ। ਪਰ ਉਸ ਤੋਂ ਬਾਅਦ ਮੈਂ ਥੋੜੀ ਖੁਦ ਨਹੀਂ ਖੁਦ ਲਈ ਡਿਸਾਈਡ ਕੀਤਾ ਕਿ ਮੈਂ ਥੋੜੀ ਬ੍ਰੇਕ ਲੈਣਾ ਚਾਹੁੰਦੀ ਹਾਂ, ਖੁਦ ਸੋਲ ਸਰਚਿੰਗ ਕਰਨਾ ਚਾਹੁੰਦੀ, ਥੋੜੀ ਡਿਸਕਵਰੀ ਕਰਨਾ ਚਾਹੁੰਦੀ ਹਾਂ, ਕਿਉਂਕਿ ਹੁਣੇ ਆਪਣੀ ਪੜ੍ਹਾਈ ਫਿਨਿਸ਼ ਕੀਤੀ ਹੈ, ਐਂਡ ਕੁੜੀਆਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਹੈਗਾ, ਵਕਤ ਨਹੀਂ ਦਿੱਤਾ ਜਾਂਦਾ ਹੈਗਾ, ਸਪੈਸ਼ਲੀ ਕਿ ਤੁਸੀਂ ਥੋੜ੍ਹਾ ਸੋਚ ਲਵੋ ਤੁਸੀਂ ਅੱਗੇ ਕੀ ਕਰਨਾ ਹੈ, ਰਾਈਟ। ਐਂਡ ਆਈ ਥਿੰਕ ਬਹੁਤ ਜਲਦੀ ਉਹਨਾਂ ਨੂੰ ਵਿਆਹ ਵਿੱਚ ਪਾ ਦਿੰਦੇ ਨੇ ਕਿ ਬਸ ਇਹੀ ਤੁਹਾਡੀ ਜ਼ਿੰਦਗੀ ਹੈ ਤੁਸੀਂ। ਪਰ ਚਲੋ ਤੁਹਾਡੀ ਗੱਲ ਨਾ ਹੋਏ, ਹੋਰਾਂ ਦੀ ਵੀ, ਜਦੋਂ ਵਿਆਹ ਤੱਕ ਪਹੁੰਚਦੇ ਹੈ, ਡੂ ਯੂ ਥਿੰਕ ਦੇ ਆਰ ਇਕੁਇਪਡ ਉਹਨਾਂ ਦੇ ਮੁੰਡਿਆਂ ਨਾਲ ਕੋਈ ਗੱਲਬਾਤ, ਜਾਂ ਮੁੰਡੇ ਕਿਹੋ ਜਿਹੇ ਹੁੰਦੇ ਆ ਵਿਆਹ 'ਚ, ਕੀ ਰੋਲ ਹੈ ਇਹਦੇ ਬਾਰੇ, ਕਾਫੀ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਫਿਰ ਵਿਆਹ ਦੇ, ਕਹਿੰਦੇ ਆ ਕਿ ਜਸਟ ਘਰ ਬੈਠਿਆ ਔਰ ਹੁਣ ਵਿਆਹ ਹੋ ਜਾਏ? ਸੋ ਇਟਸ ਡੋਂਟ ਯੂ ਥਿੰਕ ਇਟਸ ਅ ਡਿਫਰੈਂਟ ਵਰਲਡ, ਮਤਲਬ ਆਰ ਦੇ ਡੂ ਦੇ ਥਿੰਕ ਇਟ ਇਜ਼ ਕਿ ਕੁੜੀਆਂ ਪ੍ਰਿਪੇਅਰਡ ਹੈ ਵਿਆਹ ਵਾਸਤੇ? ਆਈ ਡੋਂਟ ਥਿੰਕ ਉਹ ਇਹ ਸਵਾਲ ਪੁੱਛਦੇ ਨੇ, ਨਾ ਕੁੜੀਆਂ ਕੋ ਪੁੱਛਦੇ, ਨਾ ਖੁਦ ਕੋ ਪੁੱਛਦੇ ਨੇ। ਆਈ ਥਿੰਕ ਉਹ ਬਸ ਡਿਸਾਈਡ ਕਰ ਲੈਂਦੇ ਨੇ ਕਿ ਇਹ ਉਮਰ ਹੈਗੀ ਹੁਣ ਤੁਹਾਡੀ ਵਿਆਹ ਦੀ, ਉਮਰ, ਹਾਂਜੀ, ਉਮਰ ਹੋ ਗਈ, ਇਫ ਯੂ ਨਾਟ ਵਰਕਿੰਗ ਔਰ ਇਫ ਯੂ ਨਾਟ ਡੂਇੰਗ ਐਨੀ ਅਦਰ ਡਿਗਰੀ, ਫਿਰ ਹਾਂ, ਕਿਉਂਕਿ ਘਰ ਨਹੀਂ ਬੈਠਣੀ ਚਾਹੀਦੀ ਕੁੜੀ, ਫਿਰ ਮਾੜਾ ਲੱਗਦਾ ਹੈ ਨਾ। ਸੋ ਦੈਟਸ ਲਾਈਕ ਯੂ ਨੋ ਉਹੀ ਹੈ ਕਿ ਅਸੀਂ ਇਹ ਨਹੀਂ ਕਿ ਪੇਰੈਂਟਸ ਦਾ ਜਾਂ ਕਿਸੇ ਹੋਰ ਦਾ ਕੋਈ ਕਸੂਰ ਹੈ, ਦਿਸ ਇਜ਼ ਹਾਊ ਦਿਸ ਇਜ਼ ਸੋਸਾਇਟੀ। ਹਾਂ, ਲੈਟਸ ਸੀ, ਇੱਕ ਹੋਰ ਕਾਲ ਲੈ ਲੈਂਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ? ਹਾਂਜੀ, ਮੈਂ ਮਨਜੀਤ ਬੋਲ ਰਹੀ ਹਾਂ। ਮਨਜੀਤ ਜੀ, ਸਵਾਗਤ ਹੈ, ਦੱਸੋ ਕੀ ਕਹੋਗੇ? ਹਾਂਜੀ, ਅਰਵਿੰਦ ਜੀ ਐਂਡ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰੀਅਲੀ ਆਈ ਐਗਰੀ ਵਿਦ ਮਨਪ੍ਰੀਤ ਕਿ ਵੀ ਹੈਵ ਟੂ ਡਿਸਕਵਰ ਆਵਰ ਸੈਲਫ ਫਸਟ, ਇਫ ਵੀ ਵਾਂਟ ਟੂ ਫੀਲ ਰੀਅਲ ਹੈਪੀਨੈਸ, ਵੀ ਵਿਲ ਫਾਈਂਡ ਦਾ ਹੈਪੀਨੈਸ ਇਨ ਆਵਰ ਸੈਲਫ, ਨਾਟ ਫਰੋਮ ਦਾ ਆਊਟਸਾਈਡ। ਬਹੁਤ ਵਧੀਆ, ਬਹੁਤ ਵਧੀਆ। ਸੋ ਤੁਹਾਡਾ ਆਪਣਾ ਵੀ ਕੋਈ ਐਕਸਪੀਰੀਅੰਸ ਹੈ ਕਿ ਤੁਸੀਂ ਖੁਦ ਆਪਣੇ ਵੱਲ ਅਗਰ ਸਟਰੋਂਗ ਹੋ ਜਾਂਦੇ ਹੋ ਫਿਰ ਦੁਨੀਆ ਦੀ ਖੈਰ ਹੈ? Yes, I want to, if I want to discover ourselves. Hanji. Hanji, Hanji, tusi TV te wait na karo bol sunan di, tusi bas apni gal kaho. I the lot of things read and listen to that, then I have to make myself strong myself. Hanji, bahut sahi kiya. Bahut vadhiya.
थैंक यू सो मच जी, थैंक यू फॉर शेयरिंग दिस. थैंक यू सो मच जी. एना नु पूछते हैं कि कह रहे हैं. हेलो हेलो. हां जी सुरजीत जी. अरविंद जी थानू दोनों भाणा नु बड़ा बड़ा प्यार अरबा खरबा मनप्रीत जी. थैंक यू सो मच. थैंक यू जी. तुसी बहुत मेरी बेटी सोहनी लगदे हो, प्यारी प्यारी. थैंक यू. मैं थानू एक बखरा जा दोहा लाउणागा है थोड़े प्यार दा. हेलो. थैंक यू सो मच. थैंक यू सो मच सुरजीत जी. समा बड़ा घट है, सो होर जेड़े 2 मिनट बचे हैं वो मनप्रीत नाल गल कर लेने हैं. सो मनप्रीत जी बहुत सारा प्यार सारे वालों सारे वालों थानू यू नो दिता जा रहा है. सो दिस रियली हेल्प्स मी के ए लॉट ऑफ होप आई कैन सी लाइक इन योर बुक. हां जी. टुवर्ड्स द एंड आई सी ए लॉट ऑफ होप. सो आई थिंक वही थोड़े वाली गल कि जो अंदर झांको और उन्हों एक तरह नाल टाइम दियो जिवें बेबीज नहीं होंदे अपने. हां जी हां जी. अपने स्कार्स अपने दुखां वाल अगर टाइम दईए तो वो फिर हट जाएंगे तंग करने. हाँ जी. तो फिर देन यू आर रेडी फॉर समथिंग के व्हाट डू यू से यू टॉक अबाउट लव सारे थानू और समाज बदल गया किस तरह सारे थानू कह रहे हैं एप्रिशिएट कर रहे हैं. सो वो कुड़ी होना और यू नो दे ऑल प्राउड ऑफ यू. हाँ जी. वेल थैंक यू सो मच. मैं ये कहना चाहवांगी कि ऑब्वियसली सारे दे प्रॉब्लम आंदियां ने राइट जिंदगी विच. सो एक हमेशा एनालॉजी मैं सारे नूं देनी आ एंड अपने फ्रेंड्स नूं भी देनी आ कि ਜਦੋਂ ਅਸੀਂ ਪੈਦਾ ਹੁੰਦੇ ਹਾਂ ਰਾਈਟ ਐਟਲੀਸਟ 9 ਮਹੀਨੇ ਆਪਣੇ ਮਾਂ ਦੇ ਪੇਟ ਵਿੱਚ ਰਹਿੰਦੇ ਹਾਂ ਰਾਈਟ. ਸੋ ਜ਼ਿੰਦਗੀ ਵਿੱਚ ਜਦੋਂ ਕੁਛ ਗੁਜ਼ਰ ਜਾਂਦਾ ਬੁਰਾ ਹੁੰਦਾ ਅਸੀਂ ਫਿਰ ਵੀ ਆਪਣੇ ਖੁਦ ਨੂੰ 9 ਮਹੀਨੇ ਕਿਉਂ ਨਹੀਂ ਦਿੰਦੇ ਹੈਗੇ ਉੱਭਰਨ ਲਈ ਰਾਈਟ. ਅਸੀਂ ਕਿਉਂ ਸੋਚਦੇ ਹਾਂ ਕਿ ਇੱਕ ਦਿਨ ਵਿੱਚ ਹੀ ਤੁਸੀਂ ਆਪਣਾ ਫੇਸ ਚੇਂਜ ਕਰ ਲਓ, ਹੈਪੀਨੈਸ ਉੱਤੇ ਆਪਣੇ ਮੂੰਹ 'ਤੇ ਲਾ ਲਵੋ ਐਂਡ ਅੱਗੇ ਵੱਧ ਜਾਵੋ. ਸੋ ਖੁਦ ਨੂੰ ਥੋੜ੍ਹਾ ਟਾਈਮ ਦੇਵੋ ਐਂਡ ਜੋ ਤੁਹਾਡੇ ਦਿਲ ਦੇ ਟਰਾਮਾਸ ਨੇ ਸੱਟਾਂ ਨੇ ਸਕਾਰਸ ਹੋ ਗਈਆਂ ਰਾਈਟ ਉਹਨੂੰ ਹੀਲ ਕਰੋ ਕਿਉਂਕਿ ਜੇ ਤੁਸੀਂ ਉਹਨੂੰ ਹੀਲ ਕਰੋਗੇ ਤਾਂ ਹੀ ਤੁਸੀਂ ਅੱਗੇ ਵੱਧ ਸਕੋਗੇ ਹੈਪੀਨੈਸ ਦੇ ਨਾਲ. That's beautiful. That give yourself time. So do you think ki tusi you'll go back to the other books now? Haan ji, bilkul. Actually, sirf ek shuruaat hai. Bohut zyada books ne mere zehen vich, dimag vich jo main likhna chahni haan. And actually, Punjabi vich main likhni haan, Hindi vich bhi likhni haan. So I think ohi agli book hoegi meri. So quick this thing, because since you're motivating so many other youngsters ke ko likhan te, you know, and jis tarah tusi keha ki tusi socha nahi si ke likhoge. Haan ji, haan ji. Par eh thodi ek tarah naal expression ho gaya. Haan ji. Jadon tusi ene tuhanu dukhan chon kadhiya hai. Haan ji. So how do you think kids can publish their own books? Matlab apni writings likh ke fir oh wala jada padhao hai ohde bare vi kuch dasso. Haan ji, jur. So actually book man ਜਦੋਂ ਫਿਨਿਸ਼ ਕੀਤੀ ਲਿਖਣੀ 7 ਦਿਨਾਂ ਵਿੱਚ, ਉਸ ਤੋਂ ਬਾਅਦ ਐਵਰੀ ਸਿੰਗਲ ਡੇ ਮੈਂ ਇੱਕ ਸਟੈਪ ਲੈਣਾ ਸ਼ੁਰੂ ਕਰ ਦਿੱਤਾ ਕਿ ਮੈਂ ਕਿਵੇਂ ਕੀ ਸਟੈਪ ਲਵਾਂ ਕਿ ਮੈਨੂੰ ਪਬਲਿਸ਼ ਕਰ ਸਕਾਂ ਰਾਈਟ. ਸੋ ਐਡਿਟ ਕਰਨੀ ਸ਼ੁਰੂ ਕੀਤੀ, ਉਸ ਤੋਂ ਬਾਅਦ ਮੈਂ ਇਹਦਾ ਕਵਰ ਡਿਜ਼ਾਈਨ ਕੀਤਾ. ਕਿਸੇ ਤੋਂ ਕਰਾਈ ਕਿ? ਹਾਂਜੀ, ਕਿਉਂਕਿ ਪੋਇਟਰੀ ਹੈ ਸੋ ਮੈਂ ਖੁਦ ਐਡਿਟ ਕੀਤੀ ਅਤੇ ਇੱਕ ਐਡੀਟਰ ਵੀ ਹਾਇਰ ਕੀਤਾ ਸੀ ਪ੍ਰੋਫੈਸ਼ਨਲ ਪ੍ਰੋਫੈਸਰ. ਐਂਡ ਉਸ ਤੋਂ ਬਾਅਦ ਕਵਰ ਡਿਜ਼ਾਈਨ ਕੀਤਾ ਇਹਦਾ ਮੈਂ, ਐਂਡ ਦੈਨ ਟਾਈਟਲ ਜੋ ਮੈਂ ਰੱਖਣਾ ਸੀ, ਐਂਡ ਦੈਨ ਪੈਕ ਕਵਰ ਡਿਜ਼ਾਈਨ ਕੀਤਾ. ਐਂਡ ਉਸ ਤੋਂ ਬਾਅਦ ਐਕਚੁਲੀ ਮੈਂ ਸੈਲਫ ਪਬਲਿਸ਼ ਕੀਤੀ ਐਮਾਜ਼ੋਨ 'ਤੇ. ਅੱਛਾ. ਹਾਂਜੀ. ਸੋ ਇਟਸ ਸੋ ਟੁਡੇਜ਼ ਵਰਲਡ ਇਟਸ ਮਚ ਈਜ਼ੀਅਰ. ਹਾਂਜੀ, ਇਟਸ ਮਚ ਈਜ਼ੀਅਰ. ਯੈਸ ਰਾਈਟ. ਸੋ ਐਮਾਜ਼ੋਨ 'ਤੇ ਇਹਨਾਂ ਦੀ ਬੁੱਕ ਅਵੇਲੇਬਲ ਵੀ ਹੈਗੀ ਹੈ ਐਂਡ ਯੂ ਨੋ ਪਬਲਿਸ਼ ਦੀ ਵੀ ਤੁਹਾਨੂੰ ਇਹ ਦੱਸ ਰਹੇ ਨੇ. ਸੋ ਇਟਸ ਅ ਵੈਰੀ ਇੰਸਪੀਰੇਸ਼ਨਲ ਸਟੋਰੀ ਮਨਪ੍ਰੀਤ, ਕਿ ਤੁਸੀਂ ਕਿਸ ਤਰ੍ਹਾਂ ਆਪਣੇ ਇੱਕ ਤਰ੍ਹਾਂ ਨਾਲ ਔਖੇ ਟਾਈਮ ਨੂੰ ਯੂਵ ਕਨਵਰਟ ਇਨ ਟੂ ਅ ਕ੍ਰੀਏਸ਼ਨ ਯੂ ਨੋ ਵਿਚ ਇਜ਼ ਲਾਈਕ ਵੀ ਦਿਸ ਵੁੱਡ ਦਿਸ ਹੈਜ਼ ਹੈਲਪਡ ਯੂ. ਹਾਂਜੀ. ਤੁਹਾਨੂੰ ਤਾਂ ਇਹਦਾ ਯੂ ਨੋ ਹੋਇਆ ਹੀ ਹੈ, ਪਰ ਹੋ ਸਕਦਾ ਬੜੇ ਸਾਰੇ ਜਿਹੜੇ ਇਹਨੂੰ ਪੜ੍ਹਨਗੇ ਉਹਨਾਂ ਨੂੰ ਲੱਗੇਗੀ ਕਿ ਉਹਨਾਂ ਦੀ ਆਵਾਜ਼ ਹੈ. ਹਾਂਜੀ, ਆਈ ਥਿੰਕ ਬਹੁਤ ਯਾ ਲੱਗੇਗਾ, ਬਿਕੋਜ਼ ਆਈ ਸੋ ਸਮ ਪੇजेस ਵਿਚ ਵਰ ਰੀਲੀ ਯੂ ਨੋ ਵਿਚ ਆਈ ਕੁਡ ਕਨੈਕਟ ਟੂ, ਕਿਉਂਕਿ ਕਈ ਵਾਰੀ ਕਿਤੇ ਤੁਸੀਂ ਕਿਸੇ ਅਬਿਊਜ਼ ਦੀ ਵੀ ਗੱਲ ਕੀਤੀ ਹੈ, ਯੂ ਨੋ ਸੈਕਸ਼ੂਅਲ ਅਬਿਊਜ਼ ਦੀ ਵੀ ਗੱਲ ਕੀਤੀ ਐਂਡ ਦੈਨ ਅਲਟੀਮੇਟਲੀ ਜਿਹੜਾ ਤੁਸੀਂ ਆਪਣਾ ਗੁਬਾਰ ਕੱਢ ਕੇ ਐਂਡ ਦੈਨ ਦ ਯੂ ਨੋ ਐਂਡ ਕਮਸ ਟੂ ਬਿਊਟੀਫੁਲ ਦਿਸ ਥਿੰਗ ਦੈਟ ਦੇਅਰ ਇਜ਼ ਸੋ ਮੱਚ ਹੋਪ. ਹਾਂਜੀ. ਯੂ ਨੋ ਜਿਸ ਤਰ੍ਹਾਂ ਤੁਸੀਂ ਇੱਥੇ ਕਿਹਾ ਕਿ ਕੀ ਕਿਹਾ ਤੁਸੀਂ ਆਪਣਾ ਇੱਕ ਲਾਸਟ ਯੂ ਨੋ ਮੈਸੇਜ ਦੇ ਸਕਦੇ ਹੋ ਬਿਫੋਰ ਵੀ ਗੋ? ਸੋ ਐਕਚੁਲੀ ਇਸ ਪੇਜ ਵਿੱਚ ਮੈਂ ਗੱਲ ਕਰ ਰਹੀ ਹਾਂ ਕਿ ਜਿਸ ਦਿਨ ਮੈਂ ਖੁਦ ਨੂੰ ਸੁੰਦਰ ਸਮਝਣਾ ਸ਼ੁਰੂ ਕਰ ਦਿੱਤਾ, ਅੰਦਰ ਆਪਣੇ ਅੰਦਰ ਛੁਪੀ ਸੁਨਹਿਰੀ ਖੂਬਸੂਰਤੀ ਉਸਨੂੰ ਪਹਿਚਾਣਾ ਸ਼ੁਰੂ ਕਰ ਦਿੱਤਾ, ਬਾਹਰਲੀ ਦੁਨੀਆ ਔਲਰੇਡੀ ਖੂਬਸੂਰਤ ਹੋ ਗਈ ਸੀ. ਸੋ ਜਿਸ ਦਿਨ ਮੈਂ ਖੁਦ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ, ਖੁਦ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਸਾਰੇ ਪਿਆਰੇ ਲੱਗਣ ਲੱਗ ਪਏ, ਸਾਰੇ ਸ਼ਾਂਤ ਲੱਗਣ ਲੱਗ ਪਏ, ਕਿਉਂਕਿ ਮੈਂ ਖੁਦ ਨੂੰ ਸਮਝਾ ਲਿਆ ਸੀ ਐਂਡ ਖੁਦ ਨੂੰ ਠੀਕ ਕਰ ਲਿਆ ਸੀ, ਖੁਦ ਨੂੰ ਹੀਲ ਕਰ ਲਿਆ ਸੀ. ਸੋ ਇਟਸ ਵੰਡਰਫੁਲ ਯੂ ਨੋ, ਜਿਸ ਤਰ੍ਹਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਦਿਸ ਯੂਨੀਵਰਸ ਇਜ਼ ਰਿਫਲੈਕਸ਼ਨ ਆਫ ਯੋਰ ਓਨ ਸੈਲਫ, ਅਤੇ ਤੁਸੀਂ ਜਦੋਂ ਆਪਣੇ ਆਪ 'ਤੇ ਕੰਮ ਕਰਦੇ ਹੋ, ਆਪਣੇ ਆਪ ਨੂੰ ਜਿਵੇਂ ਮਨਪ੍ਰੀਤ ਦੇ ਹਿਸਾਬ ਨਾਲ ਟਾਈਮ ਦਿੰਦੇ ਹੋ ਟੂ ਹੀਲ,
ਰਾਦਰ ਦੈਨ ਕਿ ਬਸ ਭੱਜ ਰਹੀ ਹੈ, ਕਿਉਂਕਿ ਨਿਊਯਾਰਕ ਭੱਜ ਰਿਹਾ ਸੀ ਵੀ ਚਲੋ ਭੱਜਦੇ ਹਾਂ। ਯੂ ਨੋ ਇਸ ਬੱਚੀ ਨੇ ਬੜੀ ਜਲਦੀ ਪਛਾਣ ਲਿਆ ਕਿ ਇਹ ਇਹਦੀ ਗੱਲ ਨਹੀਂ ਬਣ ਰਹੀ ਹੈ ਇਸ ਕਾਰਪੋਰੇਟ ਵਰਲਡ ਨਿਊਯਾਰਕ ਸਟਾਈਲ, ਜਿਹੜਾ ਇੱਕ ਕਮਰਸ਼ੀਅਲ ਲਾਈਫ ਹੈਗੀ ਹੈ ਕਿ ਬਸ ਬਿਨਾਂ ਸੋਚੇ ਚਲੀ ਜਾਓ ਇੱਕ ਰੋਬੋਟਸ ਵਕਤ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਸਵੇਰੇ ਉੱਠੋ ਉਹੀ ਕੰਮ ਉਹੀ ਉਹੀ ਵਿਦਾਊਟ ਥਿੰਕਿੰਗ ਮਾਈਂਡਲੈਸਲੀ ਤੁਸੀਂ ਕਰੀ ਜਾ ਰਹੇ। ਸੋ ਤੁਸੀਂ ਬੜੀ ਜਲਦੀ ਇਹ ਪਛਾਣ ਲਿਆ ਅਤੇ ਆਈ ਐਮ ਸ਼ਿਓਰ ਕਿ ਬਾਕੀਆਂ ਨੂੰ ਵੀ ਇੱਕ ਇਸ ਤੋਂ ਇੱਕ ਜ਼ਰੂਰ ਮਿਲੇਗਾ ਕਿ ਹਾਂ ਲੈਟਸ ਡੂ ਦੈਟ। ਕੋਈ ਏਜ ਦੀ ਗੱਲ ਨਹੀਂ ਇੱਥੇ, ਮੈਂ ਕਿਹਾ ਆਈ ਹੈਵ ਟੂ ਡੂ ਦੈਟ ਕਿ ਜਸਟ ਪੌਜ਼, ਥੋੜ੍ਹਾ ਜਿਹਾ ਰੁਕ ਕੇ ਆਪਣੇ ਆਪ ਨੂੰ ਟਾਈਮ ਦਿਓ ਐਂਡ ਫਿਰ ਅੱਗੇ ਵਧੋ ਐਂਡ ਆਈ ਥਿੰਕ ਇਟ ਵਿਲ ਬੀ ਨਿਊ ਐਨਰਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ। ਹਾਂਜੀ ਹਾਂਜੀ ਐਂਡ ਆਈ ਥਿੰਕ ਇਸ ਗੱਲ 'ਤੇ ਇੱਕ ਮੈਂ ਕੋਟ ਕਹਿਣਾ ਚਾਹਾਂਗੀ ਦੈਟ ਦ ਮੋਰ ਸਟਿਲ ਯੂ ਆਰ ਦ ਫਰਦਰ ਯੂ ਕੈਨ ਗੋ। ਸੋ ਜਿੰਨਾ ਤੁਹਾਡੇ ਵਿੱਚ ਠਹਿਰਾਅ ਹੋਏਗਾ, ਜਿੰਨਾ ਤੁਹਾਡੇ ਵਿੱਚ ਸਮਝਦਾਰ ਹੋਏਗੀ ਕਿ ਕਿਹੜਾ ਰਸਤਾ ਤੁਹਾਡੇ ਲਈ ਵਧੀਆ, ਤੁਸੀਂ ਉਨੇ ਹੀ ਜ਼ਿਆਦਾ ਅੱਗੇ ਜਾ ਸਕੋਗੇ। ਥੈਂਕ ਯੂ ਸੋ ਮੱਚ, ਆਈ ਰੀਅਲੀ ਐਪਰੀਸ਼ੀਏਟ ਦੈਟ। ਥੈਂਕ ਯੂ ਸੋ ਮੱਚ, ਥੈਂਕ ਯੂ ਫਾਰ ਹੈਵਿੰਗ ਮੀ ਐਂਡ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਫਾਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।